ਨਿਹਰਪ੍ਰੀਤ ਕੀ ਕਹਿਣੀ ਐ ਬੇਬੇ, ਜਦੋਂ ਮੋਬਾਈਲ ਚੱਕ ਲਾ ਉਹਦੀ ਤੇਰਾ ਬਾਜਾ ਵੱਜਣ ਲੱਗ ਜਾਂਦਾ ਨਾਲ ਦੀ ਨਾ। ਹੁਣ ਤਾਂ ਚੱਕਣੀ ਨੀ ਦਿੰਦੀ, ਜਮਾ ਹੱਥੀ ਨੀ ਲਾਉਣ ਦਿੰਦੀ ਫੋਨ ਦੇ ਤਾਂ। ਪਤਾ ਨੀ ਕੀ ਕਹਿੰਦੀ ਐ, ਹੁਣ ਲੈ ਬੋਲੀ ਜਾਂਦੀ ਐ ਤੁਰੀ। ਹੁਣ ਬੋਲ ਕੀ ਕਹਿਣੀ ਐ। ਨੀ ਕਹਿਣਾ ਕੀ ਸੀ, ਜੇ ਤੂੰ ਮੇਰੇ ਕੋਲ ਆਵੇਂਗੀ ਗੱਲ ਫੇਰ ਹੀ ਦੱਸੂਗੀ। ਇੱਥੇ ਬੈਠੀਆਂ ਕਹਿੰਦੇ ਰੋਟੀ ਟੁੱਕ ਰਹੇ ਵੀ ਮੇਰਾ ਨਾਂ ਲੈ ਲੈ, ਕੱਲੇ ਮੋਬਾਈਲ ਤੇ ਠੂੰਗਾ ਮਾਰੀ ਜਾਣੀ ਐ, ਮੋਬਾਈਲ ਤੋਂ ਬਿਨਾਂ ਕੰਮ ਨੀ ਤੈਨੂੰ ਭਾਈ ਕੋਈ। ਰੋਟੀ ਲਿਆਵੇ ਮੈਨੂੰ, ਪਾਣੀ ਦੀ ਘੁੱਟ ਫੜਾ ਜਾ ਮੈਨੂੰ। ਰੋਟੀਆਂ ਨੇ ਤੈਨੂੰ ਕਿਤੇ ਮੈਂ ਪਰੌਂਠੇ ਬਣਾ ਕੇ ਦੇ ਦਿਆਂ, ਉਹ ਪਿਆ ਆਟਾ ਗੁੱਝਿਆ ਰਸੋਈ ਚ ਪਕਾ ਕੇ ਲੈ ਜਾਂਦੀਆਂ, ਮੇਰੇ ਤੈਨੂੰ ਪੱਕਦੀਆਂ ਪੁੱਕਦੀਆਂ। ਮੈਂ ਤਾਂ ਮਿੰਟ ਆਰਾਮ ਕਰਦੀ ਆਂਗੀ, ਜਦੋਂ ਮੈਂ ਮੋਬਾਈਲ ਚੱਕ ਕੇ ਮੈਂ ਜਾ ਉਹਦੀ ਲੱਗਣ ਲੱਗ ਜੂ ਮੇਰੇ ਤੇ, ਸਾਰਾ ਕੰਮ ਧੰਦਾ ਕਰਕੇ ਮੈਂ ਛਾਂ ਡਿੱਗੀ ਆਂਗੀ। ਤੂੰ ਤਾਂ ਬੇਲੀਆਂ ਤੜਕੇ ਦੀ ਪਈ ਐ, ਪਕਾ ਕੇ ਖਾ ਲੈਂਦੀ, ਮੈਂ ਵੀ ਜਮਾਂ ਨੀ ਪਕਾ ਕੇ ਦਿੰਦੀ। ਸਾਰਾ ਦਿਨ ਹੈਰਾਨ ਕਰਦੀ ਐ ਬੇਲੀ ਕਿੱਥੋਂ, ਮੈਂ ਤਾਂ ਸੋਈ ਜਾਂਦੀ ਅੱਖਾਂ ਮੀਚ ਕੇ। ਦੇਖ ਲਾ ਆਦੀ ਆਪੇ ਪਕਾ ਕੇ ਖਾ ਲਾ, ਬੋਲਦੀ ਤਾਂ ਦੇਖ ਕਿਵੇਂ ਹੈਗੀ, ਕਹਿੰਦੇ ਗਿੱਠਦੀ ਜੀਭ ਲੱਗੀ ਬੋਲਣ ਨੂੰ। ਆਈ ਨੀ ਆਦੀ ਵੀ ਮੈਂ ਪਕਾਈਆਂ ਹੋਈਆਂ ਛੇਕਣ ਨੂੰ, ਮੈਨੂੰ ਤੜਕੇ ਨਹੀਂ ਫੜਾ ਦੇ। ਉਹ ਕਿਹੜਾ ਮੈਂ ਕਹਿੰਦੀ ਵੀ ਨਾ ਫੜਾ, ਹਜੇ ਮੁੜ ਕੇ ਕਹਿੰਦੀ ਪਕਾ ਕੇ ਖਾ ਲਾ। ਜਾਨੀ ਹੈਗੀ ਪੁੱਛਦੀ ਆ, ਜੇ ਮੈਂ ਰਸੋਈ ਚ ਬਣੂ ਤਾਂ ਰਸੋਈ ਚ ਵੜ ਕੇ ਕਹਿੰਦੀ ਆ ਕਿ ਤੂੰ ਗਾਹ ਪਾ ਦਿੰਦੀ ਆ, ਉੱਥੇ ਨੀ ਮੈਨੂੰ ਪਕਾਉਣ ਦਿੰਦੀ, ਨਾ ਰਸੋਈ ਚ ਬਣਨ ਦਿੰਦੀ ਆ, ਨਾ ਮੈਨੂੰ ਰੋਟੀ ਇੱਥੇ ਬੈਠੀ ਨੂੰ ਫੜਾਉਂਦੀ ਆ। ਕੋਈ ਨਾ, ਚੱਲ ਮੈਂ ਕਰਦੀ ਆ ਗੱਲ ਇਹਦੇ ਨਾਲ, ਪਈ ਆਰਾਮ ਨਾਲ ਲੰਮੀਆਂ ਤਾਣੀ। ਹਰਪ੍ਰੀਤ ਤੂੰ ਆਰਾਮ ਨਾਲ ਹੀ ਪਈ ਹੈਗੀ, ਮੈਂ ਬੋਲ ਮਾਰੀ ਜਾਂਦੀ ਹਾਂ ਘੰਟਾ ਹੋ ਗਿਆ ਉੱਥੇ। ਜੇ ਮੈਂ ਹੁਣ ਇੱਥੇ ਤਾਹਾਂ ਚੜ੍ਹਦੀ ਹਾਂ ਤਾਂ ਨੀ ਮੈਨੂੰ ਚੜ੍ਹਨ ਦਿੰਦੀ, ਜੇ ਮੈਂ ਰਸੋਈ ਚ ਵੜਨੀ ਤਾਂ ਨੀ ਵੜਨ ਦਿੰਦੀ। ਹੁਣ ਮੈਂ ਢਿੱਡ ਨੂੰ ਗੰਢਾ ਦੇਣਾ, ਟੁਕੜਾ ਦੇ ਦੇ ਮੈਨੂੰ, ਤਾਂ ਚੜ੍ਹੀ ਤੱਕੜੀ ਔਰ ਤਾਂ ਕਿਵੇਂ ਚੜ੍ਹੇਗੀ। ਜਦੋਂ ਮੇਰੀ ਗੱਲ ਹੀ ਨੀ ਸੁਣੀ ਫਿਰ ਮੈਂ ਆ ਗਈ, ਹੋਰ ਮੈਂ ਕੀ ਕਰਾਂ। ਫਿਰ ਆ ਰਸੋਈ ਚ ਜਾ ਕੇ ਉਹ ਆਟਾ ਪਿਆ ਤੇ ਦੋ ਰੋਟੀਆਂ ਪਕਾ ਕੇ ਖਾ ਲਾ, ਪਕਦੀਆਂ ਨੀ ਤੇਰੇ ਤੋਂ। ਮੈਂ ਫਿਰ ਖਾ ਲਿਆ ਤੇਰਾ, ਅਗ ਠੇਕਾ ਲਿਆ ਤੇਰਾ, ਪਕਦੀਆਂ ਨਹੀਂ ਹੈ। ਮੈਂ ਰੋਟੀਆਂ ਪਕਾ ਕੇ ਖਾ ਲੂ, ਫਿਰ ਮੈਨੂੰ ਤੂੰ ਆਖੇ ਰਸੋਈ ਚ ਗਾਹ ਪਾ ਦੇ ਨੇ। ਆ ਨੀ ਸੁੰਭਰੇ, ਆ ਨੀ ਕੀਤਾ ਉਹਨੇ, ਆ ਆਟਾ ਖਲੇਰ ਗਈ। ਆਟਾ ਤਾਂ ਫਿਰ ਸਾਫ਼ ਕਰਨਾ ਪਊਗਾ, ਰਸੋਈ ਤੇ ਕੱਪੜਾ ਵੀ ਮਾਰਨਾ ਪਊਗਾ, ਗੈਸ ਤੇ ਵੀ ਕੱਪੜਾ ਮਾਰਨਾ ਪਊਗਾ। ਉਹ ਤਾਂ ਕਰਨਾ ਪਊ ਜਿਵੇਂ ਮੇਰਾ ਕਰਿਆ ਪਿਆ, ਅਗਰ ਕਰਨਾ ਪਊ ਜਿਵੇਂ ਮੇਰਾ ਕਰਿਆ ਪਿਆ। ਕਿਉਂ ਮੈਂ ਕਰਨ ਨੂੰ ਬੰਨੀ ਹੈਗੀ, 2 ਕਿੱਲੇ ਜ਼ਮੀਨ ਦੇ ਮੇਰੇ ਕੋਲ, ਨਾ ਤੂੰ ਹੈਂਗੜੀ ਦਿਖਾਉਣੀ ਆ ਮੈਨੂੰ, ਨਾ ਤੂੰ ਤੀਜੇ ਦਿਨ ਕਹਿ ਦੇਣੀ ਬਾਬਾ ਮੈਨੂੰ ਮੇਰੇ 2 ਕਿੱਲੇ ਜ਼ਮੀਨ ਨਹੀਂ ਹੁੰਦੇ ਤਾਂ ਰੋਟੀ ਦਿੰਨੀ ਹੈ। ਐ ਕਰ ਆਪਦੇ 2 ਕਿੱਲੇ ਲੈ ਜਾਣਾ ਹੈ, ਨਹੀਂ ਤੂੰ ਵਗ ਜਾ ਆਪਦੇ ਦੂਜੇ ਪੁੱਤ ਕੋਲੇ, ਵਗ ਜਾ ਛੋਟੇ ਕੋਲੇ, ਸਾਥੋਂ ਵੀ ਤੇਰੀ ਸਾਰਾ ਦਿਨ ਲੱਤ ਚੜ ਚੱਲੀ ਦੀ। ਅਗੇ ਦੂਜੇ ਪੁੱਤ ਕੋਲੇ ਬਾਰੇ ਸਾਥੋਂ ਲੱਤ ਚੜ ਚੱਲੀ, ਤਾਂ ਇਹ ਤਾਂ ਕਹਿੰਦੇ ਜਰਕਦੇ ਨੇ। ਮੇਰੇ ਪੁੱਤ ਨੂੰ ਪੁੱਛ ਕੇ ਦੇਖ ਵੀ ਕਹਿੰਦੇ ਕਿ ਨਾ ਕਹਿੰਦੇ। ਤੂੰ ਤਾਂ ਆਰਾਮ ਨਾਲ ਹੀ ਕਹਿੰਦੀ, ਉਹਨੂੰ ਪਤਾ ਵੀ 2 ਕਿੱਲੇ ਚ ਆਮਦਨ ਆਉਂਦੀ ਹੈ ਕਿੰਨੀ। ਨਾ ਪੁੱਤ ਨੇ ਤੇਰੇ ਕੀ ਪਰੌਂਠੇ ਪਕਾ ਕੇ ਦੇਣੇ ਹੈ, ਪੁੱਤ ਨੇ ਤਾਂ ਕਹੀ ਦੇਣੇ ਵੀ ਲਿਆ ਦੇ ਮੇਰੀ ਮਾਂ ਨੂੰ ਰੋਟੀ। ਤੇਰੇ ਮੁੰਡੇ ਨੂੰ ਕਹਿੰਦੇ ਪਕਾ ਕੇ ਦੇ ਦਿਆ ਕਰੂਗਾ, ਮੇਰੇ ਤਾਂ ਨੀ ਪੱਕਦੀਆਂ ਪੁੱਕਦੀਆਂ ਰੋਟੀਆਂ। ਕਰੋ ਨਾ ਜਿਹਨਾਂ ਪਕਾ ਕੇ ਖਾ ਲਾ, ਲਿਆ ਦੇ ਮੁੰਡੇ ਕੋਲੇ ਬੋਲੇ ਚੱਕ ਝੋਲਾ, ਉਹ ਬੈਗ ਚ ਲੀੜੇ ਪਾਏ ਪਏ ਤੇਰੇ, ਤੁਰ ਜਾ। ਮੈਂ ਤਾਂ ਕੋਈ ਜਾਂਦੀ ਨੀ ਐ ਐ ਕਿਵੇਂ ਤੂੰ ਭੇਜ ਦੇਗੀ। 2 ਕਿੱਲੇ ਜ਼ਮੀਨ ਦੇ ਐ, ਮੇਰੇ ਪੁੱਤ ਨਾਲ ਗੱਲ ਕਰਕੇ ਜਾਊਂ, ਮੈਨੂੰ ਜ਼ਮੀਨ ਦੇ 2 ਕਿੱਲੇ, ਫਿਰ ਮੈਂ ਉਹਨੂੰ ਦੇ ਦੂੰਗੀ ਜਾ ਕੇ। ਜੇ ਤਾਂ ਲੈਂਦੀਆਂ ਰੋਟੀਆਂ ਜਿਹੜਾ ਪਕਾ ਕੇ ਖਾ ਲਾ, ਨਹੀਂ ਪੱਕਦੀਆਂ ਤਾਂ ਨਾ ਪਕਾ, ਮੈਨੂੰ ਨਾ ਖਾਈ। ਮੈਂ ਤੈਨੂੰ ਦੱਸਾਂ ਮੈਨੂੰ ਸੁੱਤੀ ਪੀਣ ਉਹਦੀ ਖਾ ਦੇਣੀ ਐ, ਤੂੰ ਤਾਂ ਤੜਕੇ ਦੀ ਘਰਾੜੇ ਮਾਰੀ ਜਾਂਦੀ ਐ। ਮੈਂ ਜਦੋਂ ਪਈ ਗਈ ਤੇਰੇ ਉਹਦੀ ਰੋਟੀ ਯਾਦ ਆ ਗਈ, ਅੱਜ ਰੋਟੀ ਉਹਦੀ ਯਾਦ ਆ ਗਈ, ਪਈ ਕਿੱਥੇ ਸੀ? ਮਾਰੀ ਤਾਂ ਮੋਬਾਈਲ ਤੇ ਉਂਗਲਾਂ ਜਾਂਦੀ ਐਗੀ, ਸਾਰਾ ਦਿਨ ਮੋਬਾਈਲ ਨੇ ਤੈਨੂੰ ਕੁਛ ਕਰਨ ਦਿੰਦਾ। ਜਿਹੜੀ ਜ਼ਮੀਨ ਜਾਇਦਾਦ ਚ ਆਮਦਨ ਆਉਂਦੀ ਐ ਤੇ ਲੀੜੇ ਜਿਹੜੇ ਕਿਵੇਂ ਭਾਲਦੇ ਆ, ਪਾਉਣ ਨੂੰ ਚੰਗਾ ਚੋਖਾ ਖਾਣ ਨੂੰ ਭਾਲਦੇ ਆ, ਰੋਟੀ ਤਾਂ ਬੁੜੀ ਨੂੰ ਦੇਣੀ ਨਾ ਹੋਵੇ, ਨਾ ਫਿਰ ਮੈਂ ਕਿਹੜੇ ਤੇਰੇ ਤੋਂ ਭਾਲਦੀ ਆ। ਵਿਆਹ ਕੇ ਲਿਆਂਦਾ ਮੈਨੂੰ, ਮੈਂ ਕੀ ਕੋਈ ਉਹ ਆਈਆਂ ਦੇ ਤਾਂ ਇੰਨਾ ਤੇਰਾ ਪੁੱਤ ਲਿਆ ਕੇ ਲੀੜਾ ਕੱਪੜਾ, ਲੀੜੇ ਕੱਪੜਿਆਂ ਨੂੰ ਤੂੰ ਮੇਰੇ ਲੈਣ ਲੱਗ ਗਿਆ ਕਿ ਮੇਰੇ ਆਣਾ। ਮੈਂ ਤੈਂ ਕਿਹੜਾ ਲੀੜਾ ਕੱਪੜਾ ਪਾਇਆ ਨੀ, ਤੂੰ ਲੀੜੇ ਕੱਪੜੇ ਤੋਂ ਬਿਨੀ ਇੱਥੇ ਰਹੇਗੀ। ਅਗਰ ਲੀੜਾ ਕੱਪੜਾ ਤਾਂ ਕਿਹੜਾ ਪਾਇਆ, ਜਿਹੜੇ ਪਾਇਆ ਦਿੰਦੀ ਐ ਇੱਥੇ ਲੈਂਦੇ, ਤੇਰੇ ਪੇਕੇ ਦੇ ਕੇ ਦੇਣ। ਮੇਰੇ ਪੇਕਿਆਂ ਨੂੰ ਦਿੱਤਾ ਹੋਰ ਲਿਆਂਦਾ ਇੱਥੋਂ ਗੱਲੇ ਨਾਲ ਹੀ, ਚਾਰ ਚਾਰ ਪੰਜ ਪੰਜ ਸੂਟ ਲਿਆਉਂਦੀ। ਮੈਂ ਤਾਂ ਪੇਕਾ ਤਾਂ ਲਿਆਉਂਦਾ, ਮੈਂ ਕੋਈ ਨੀ ਇੱਥੋਂ ਤੇਰੇ ਵਾਂਗੂ ਨੀ ਮੈਂ ਖਰਚਾ ਕਰਦੀ ਵੀ, ਮੈਂ ਲਿਆ ਕੇ ਦੇ ਪੁੱਤ, ਮੈਨੂੰ ਤਾਂ ਸਰਦਾ ਨੀ। ਮੈਂ ਤਾਂ 2 ਕਿੱਲੇ ਜ਼ਮੀਨ ਦੇ, ਉਹਦਾ ਵੀ ਨੀ ਕੁਛ ਦਿੰਦੇ। ਜੇ ਟੁਕੜਾ ਮੰਗਦੇ ਆ ਉਹ ਵੀ ਨੀ ਦਿੰਦੇ ਤੁਸੀਂ ਪਕਾ ਕੇ, ਉਹ ਵੀ ਇੱਥੇ ਪਕਾ ਕੇ ਖਾ ਲਾ। ਨਾ ਜੇ ਵੱਡੇ ਮੁੰਡੇ ਕੋਲੇ ਛੋਟੇ ਕੋਲੇ ਵਗ ਜਾ, ਵੱਡੇ ਤੋਂ ਕੀ ਮੰਗਦੀ ਐ, ਆਈ ਨੀ ਸਾਰਾ ਦਿਨ ਸਿਰ ਚ ਗੱਲਾਂ ਉਹਦੇ ਕਰਦੀ ਐ। ਉਹਦੇ ਕਿਹੜਾ ਮਾਂ ਨੀ ਉਹਦੀ ਤੂੰ, ਮਾਂ ਤਾਂ ਉਹਦੀ ਹੈਗਾ, ਲਿਖਾਇਆ ਉਹਨੂੰ, ਉਹਨੂੰ ਤਾਂ ਤੂੰ ਨੌਕਰੀ ਤੇ ਲਾਤਾ, ਇਹ ਖੇਤੀਆਂ ਕਰਦਾ ਹੈਗਾ, ਵਿਤਕਰਾ ਕਰਿਆ ਤਾਂ ਆਜੇ ਪੱਤਾ ਨਾ।
ਸਭ ਕੁਛ ਕਰ ਲੈਂਦਾ, ਗੱਲ ਕਰੇ ਨਾ ਪੜ੍ਹਨਾ ਨੀ ਸੀ, ਮੈਂ ਸਕੂਲ ਚ ਛੱਡਿਆ ਨੀ ਸੀ, ਮੁੜ ਆਉਂਦਾ ਸੀ ਸਕੂਲ ਚ, ਛੱਡਿਆ ਨੀ ਸੀ ਮੁੜ ਆਉਂਦਾ ਸੀ, ਜੈਨ ਹੁਣ ਚ ਵੜਦਾ ਪਿਆਰੀ ਸੀ ਨਾ। ਮੈਨੂੰ ਕੀ ਯਕੀਨ ਹੈ, ਮੈਂ ਤੇਰੇ ਤੇ ਕਿਵੇਂ ਯਕੀਨ ਕਰ ਲਾਂ, ਕੀ ਸਬੂਤ ਹੈ ਤੇਰੇ ਕੋਲੇ, ਵਿਆਹ ਸਬੂਤ ਹੈ, ਚਾਰ ਦਿਨਾਂ ਨੂੰ ਸਾਨੂੰ ਕੀ ਪਤਾ ਸੀ ਵੀ ਅੱਠ ਪੜਿਆ ਤੇਰਾ ਮੁੰਡਾ, ਅਗਰ ਵਿਚੋਲੇ ਅੱਠ ਨੀ ਫੇਲ ਹੈ ਤੇਰਾ ਪੁੱਤ, ਤੇਰੇ ਭਾਵਾ ਫੇਲ ਹੈ, ਤੂੰ ਤਾਂ ਬੀਏ ਕਰਕੇ ਆਈ ਹੈਗੀ, ਮੈਂ ਤਾਂ ਕੀਤੀ ਹੈ ਤਾਂ ਮੇਰੀ ਬੀਏ ਤੋਂ ਕੀ ਲੈਣੇ, ਉਦੋਂ ਤੂੰ ਬੀਏ ਕਦੀ ਲੈ ਲੈਣੀ, ਤਾਂ ਮੇਰੇ ਪੁੱਤ ਦੀ 12ਵੀਂ ਤੋਂ ਕੀ ਲੈਣੇ, ਤੂੰ ਉਦੋਂ 12 ਪੜ੍ਹੇ ਤੇ ਆ ਜਾਂਦੀ, ਫਿਰ ਉਦੋਂ ਪੁੱਛ ਲੈਣੀ ਸਰਟੀਫਿਕੇਟ ਦੇਖ ਲੈਂਦੀ, ਉਹ ਦੇਖੀ ਸੀ ਅਸੀਂ ਤਾਂ ਕਿਹਾ ਸੀ ਉਦੋਂ ਕਿਸੇ ਨੇ ਹੋਰ ਦਿਖਾਤੇ ਚੱਕੇ, ਚਾਚੇ ਕੋਲ ਦਿਖਾਇਆ ਨੀ, ਤੇਰੇ ਪਿਓ ਨਾ ਕਰਦਾ ਉਹ ਤੇਰੇ ਪਿਓ ਨੂੰ ਆਏ ਸੀ, ਮੈਂ ਛਿੱਤਰ ਨਾ ਘੁੱਗੀ ਕੁੱਟ ਲਈ ਵੀ 4-5 ਕਿੱਲੇ ਜ਼ਮੀਨ ਦੇ, 2 ਕਿੱਲੇ ਬੁੜੀ ਕੋਲੇ, 5-5 ਇਹਨਾਂ ਕੋਲੇ, 20 ਕਿੱਲੇ ਹੋਰ 80-80 ਕਿੱਲੇ ਹੋ ਜਾਣਗੇ, ਤੇਰੇ ਪਿਓ ਨੇ ਕਿਹੜਾ ਕੁਛ ਦਿੱਤਾ ਸੀਗਾ, ਮੌਜਣਾ ਉਹਨੂੰ ਕਹਿੰਦੇ ਹਵਾ ਵੀ ਮੈਨੂੰ ਅਨਪੜ੍ਹ ਮੁੰਡਾ ਮਿਲਦਾ ਤਾਂ ਨੀ ਪੜ੍ਹਿਆ ਨੀ ਜੋ ਤਾਂ ਨੀ ਵੀ ਜ਼ਮੀਨ ਮਿਲਦੀ ਵੀ ਕਿਹੜਾ ਕੁਛ ਮੰਗਿਆ ਇਹਨੇ। ਅੱਛਾ ਹੁਣ ਮੇਰਾ ਪਿਓ ਤੈਨੂੰ ਟਰੱਕ ਦਾਜ ਦਾ ਦੇ ਜੇ, ਮੇਰੇ ਪਿਓ ਤੋਂ ਦਾਜ ਦਾ ਟਰੱਕ ਮੰਗਦੀ ਆ, ਮੇਰਾ ਪਿਓ ਤਾਂ ਤੈਨੂੰ ਕੁਛ ਹੋਰ ਨਾ ਦੇ ਜੇ, ਜਿੰਨਾ ਦੇਤਾ ਉਹਨੇ ਚ ਸਬਰ ਕਰ ਲਾ, ਮੈਂ ਤੈਨੂੰ ਦੱਸਾਂ ਨੀ ਆ ਤੇਰੀ ਜ਼ਮੀਨ ਨਾ ਵੱਢ ਕੇ ਦਿੱਤਾ ਮੇਰੇ ਪਿਓ ਨੇ, ਨਹੀਂ ਦਿੱਤਾ ਤਾਂ ਹੈਗਾ, ਉਹਨੇ ਵੱਢ ਕੇ ਦਿੱਤਾ ਜ਼ਮੀਨ ਨਾ ਵੱਢ ਕੇ ਕਿ ਜਹਾਜ਼ ਦੇਤਾ ਤੇਰੇ ਪਿਓ ਨੇ, ਮੈਂ ਤਾਂ ਕਹਿੰਦਾ ਟੁਕੜੇ ਖਾਤਰ ਕਰ ਲੈ, ਟੁਕੜੇ ਖਾਤਰ ਵੀ ਰੋਟੀ ਦੇ ਦੀ, ਮੈਨੂੰ ਕਿ ਬਸ ਤਾਂ ਰੋਟੀ ਵੀ ਨਹੀਂ ਦੇਣੀ, ਮਾੜੀ ਮੋਟੀ ਜੀਭ ਵੀ ਖੜਾ ਲਿਆ ਕਰ, ਸਾਰਾ ਦਿਨ ਬੋਲਣ ਨਹੀਂ ਜਾਣਗੀਆਂ ਇਕੱਲਾ, ਐਂ ਕਰ ਤੂੰ ਇੱਥੇ ਜਹਾਜ਼ ਜਾਣਾ ਅੱਡਾ ਬਣਾ, ਮੇਰੇ ਪਿਓ ਨੂੰ ਕਹਿੰਦਾ ਨਹੀਂ ਜਹਾਜ਼ ਦੇ ਜੂਗਾ, ਮੇਰੇ ਜ਼ਮੀਨ ਤੇ ਜਮਾ ਨੀ ਦਿੰਦੀ, ਦੂਜੇ ਪੁੱਤ ਕੋਲ ਲਿਆਉ, ਅੱਜ ਤੈਨੂੰ ਵੀ ਤੂੰ ਖਾ ਲਿਆ, ਲੈ ਜਾ ਵਗ ਜਾ, ਡਰਾਬੇ ਦਿੰਦੀ ਆ ਰੋਜ਼, ਹੋਰ ਸਾਰਾ ਦਿਨ ਕਰਦੀ ਆ, ਜਮੀਨ ਖੜੀ ਹੋ, ਮੈਂ ਤਾਂ ਜਮਾ ਨੀ ਹੁੰਦਾ, ਚੱਲ ਦੇਖ ਲਾ ਨੀ, ਦੇਖ ਲੈ ਜੀ, ਉਹ ਲੋ ਤੂੰ ਚੱਕ ਦੇ ਨੀ, ਹਾਂ ਚੱਕੂ ਨੀ, ਚੱਲ ਹੋ ਖੜੀ, ਕਟਾ ਰੋਟੀਆਂ ਪਕਾ ਕੇ ਦੇ ਰੋਟੀਆਂ, ਆ ਮੈਂ ਵੀ ਨਹੀਂ ਖਾਂਦੀ ਸੁਣਕੀ ਬਿਰਤੀ ਤੇਰੀ ਰੋਟੀ, ਮੈਂ ਉਹ ਕਹਿਣਾ ਮੈਂ ਖਾਊਂਗੀ ਰੋਟੀ ਮੰਜੇ ਤੇ ਬਹਿ ਕੇ, ਗੱਲ ਵੇਖ ਕੇ ਖੜੀ ਹੋ, ਜਮਾ ਨੀ ਹੁੰਦੀ ਖੜੀ ਹੋ ਮੇਰੇ ਮੰਜੇ ਤੋਂ, ਜਮਾ ਨੀ ਲੈ ਤੋ, ਨਾ ਨਾ ਮੈਂ ਵੀ ਉੱਪਰ ਲੈ ਇੱਧਰ ਤੇ ਆ ਦੀਆਂ ਰੋਟੀਆਂ ਪਕਾ ਲੈ, ਜਾਏ ਨਹੀਂ ਆ ਜਿੱਤੇ ਪਾ ਲੈ, ਝਾੜੂਆ ਮੈਂ ਤੇ ਰਹੀ ਮਾਰੂੰਗੀ ਝਾੜੂਆ ਦੀ, 2 ਕਿੱਲੇ ਜ਼ਮੀਨ ਦਾ ਖਾ ਖਾ ਕੇ ਛਣ ਵਰਦੀ ਹੋਈ ਪਈ ਹੈ ਜੀ, ਮੇਰੇ ਤੋਂ ਉਹ ਗੱਲ ਕਿੱਥੋਂ ਲੋਟ ਆਉਣੀ ਹੈ ਜੀ, ਮੈਂ ਤਾਂ ਮੋਬਾਈਲ ਲੈ ਕੇ ਆਇਆ ਲੈ ਜਾਣਾ ਜਾਂ ਰਹੀ ਹਾਂ, ਜਿਹੜਾ 2 ਕਿੱਲੇ ਜ਼ਮੀਨ ਦੇ ਕਹਿੰਦੇ ਮੌਜ ਨਾਲ ਖਾਣੀ ਹੈ ਇਕੱਲੀ, ਉਹਨਾਂ ਨੂੰ ਹਿੱਸਾ ਦਿੰਦੀ ਦੂਜਿਆਂ ਨੂੰ, ਫਿਰ ਰੋਟੀਆਂ ਪਕਾ ਕੇ ਦੇ, ਮੈਨੂੰ ਨਹੀਂ ਪਤਾ। ਅੱਛਾ ਦੂਜਿਆਂ ਨੂੰ ਵੀ ਹਿੱਸਾ ਵੀ ਦੇ ਦਿਆਂ ਮੈਂ ਸਾਰਾ ਦਿਨ ਤੈਨੂੰ ਚਾਹੁੰਦੀ, ਹੁਣ ਉਹਨਾਂ ਨੂੰ ਹਿੱਸਾ ਦੇਣ ਵਗ ਜਾ, ਇਹ ਕਰ ਮੈਨੂੰ ਜਾ ਨਾ ਕਰ, ਸਾਰਾ ਲੈ ਜਾ ਆਪਣਾ, ਨਹੀਂ ਜ਼ਮੀਨ ਲੈ ਜਾ ਭੱਜ ਜਾ ਉਹਨਾਂ ਕੋਲੀ ਵਗ ਜਾ, ਰੇਲੇ ਸੋ ਲੱਗ ਜੂ ਵੀ ਮੈਨੂੰ ਖਾ ਕੇ ਦਿੰਦੀ, ਉਹਨਾਂ ਨੂੰ ਐਨ ਕੜਾ ਤੇਰਾ ਨਹੀਂ ਹੈਗਾ ਕੋਈ, ਉਹ ਫੇਰ ਨਹੀਂ ਨਵਾਂ ਨਵਾਂ ਲੱਗਦਾ, ਹੋਰ ਲੈ ਇੱਕਦਮ ਮੈਂ ਜਮਾ ਨਹੀਂ ਪਾਉਂਦੀ, ਇਹ ਤੇ ਮੋੜ ਪਕਾਉਣੀ ਹੈ, ਪਕਾਣਾ ਨਹੀਂ ਪਕਾਉਣੀ, ਜਮਾ ਨਾ ਪਕਾ, ਮੇਰੇ ਪੱਕੀ ਖਾਲੀ ਦੇਸੀ ਘਿਓ ਪਰੌਂਠੇ, ਕੋਈ ਨਾ ਦੇਸੀ ਘਿਓ ਦੇ ਬਾਹਰ ਜੰਬਲ ਹੀ ਹੈ, ਲੋਹਰਾ ਆਟੇ ਅਗਰ ਜ਼ਮੀਨ ਵੇ ਨਾ, ਜ਼ਮੀਨ ਹਿੱਸਾ ਦੇਣਾ ਉਹਨਾਂ ਨੂੰ ਕਿਉਂ ਦੇਣਾ ਗਾ, ਅਗਰ ਰੋਟੀ ਤੈਨੂੰ ਦੇਣੀ ਨਾ ਹੋਵੇ, ਜ਼ਮੀਨ ਵੇ ਤੈਨੂੰ ਚੰਗਾ ਲੱਗਦਾ ਗਾ, ਉਹ ਕਹਿੰਦੇ ਬੁੜੀ ਚੰਗੀ ਨੀ ਲੱਗਦੀ, ਉਹ ਤਾਂ ਕਹਿੰਦੇ ਬੁੜੀ ਇੱਥੇ ਥੁੱਕੋ ਤਾਂ ਵੀ ਬਾਹਰ ਜਾਵੇ, ਜੇ ਬੁੜੀ ਕਹਿੰਦੇ ਨਾ ਉਹਨੂੰ ਲੀੜੇ ਧੋਤੇ ਬਿਨ ਧੋਤੇ ਧਰਤੇ ਤਾਂ ਵੀ ਇਹ ਮੁਸ਼ਕ ਆਉਂਦਾ, ਉੱਧਰ ਧਰਦੇ ਤੂੰ ਇਹ ਗੱਲ ਹੀ ਆ ਗਈ ਬੋਲਣ ਵਾਲੀ, ਗੱਲਾਂ ਦੇਖ ਕਰਦੀ ਉਹਨਾਂ ਨੂੰ ਕਹੀ ਹਿੱਸਾ ਨੀ, ਤੂੰ ਕਹਾਂ ਨਾ ਵਿਆਹ ਆਈ, ਮੈਂ ਦੇਵਾਂ ਆਪਦੀ ਜ਼ਮੀਨ ਦਾ ਹਿੱਸਾ, ਦੇ ਦੇ ਜਾਂ ਹੁਣੀ ਵਗ ਜਾ ਲੈ ਕੇ ਹਿੱਸਾ ਆਪਦਾ, ਦੇ ਆ ਜਾ ਕੇ ਵਿਆਹੂਗੀ, ਆ ਟੱਪ ਮੇਰੇ ਘਰੋਂ ਨਿਕਲ, ਫਿਰ ਐਂ ਕਿਵੇਂ ਨਿਕਲ ਜਾ, ਜਿਹਨੇ ਕਿਹਾ ਪੁੱਤ ਨਾਲ ਗੱਲ ਨਹੀਂ ਹੁੰਦੀ, ਐਂ ਨਹੀਂ ਨਿਕਲਦੀ, ਤੂੰ ਕਹਾਂ ਨਾ ਮੈਨੂੰ ਕੱਢਣ ਵਾਲੀ ਗੱਲਾਂ, ਆ ਜਾ ਤੇਰਾ ਮੁੰਡਾ ਵੀ ਆ ਜੂਗਾ, ਤੇਰਾ ਮੁੰਡਾ ਕਰੇ ਡੀਸੀ ਲੱਗਿਆ, ਆ ਖੇਤ ਗਿਆ ਕਈ ਚੱਕ ਕੇ ਹੁਣ ਆ ਜੂ, ਆ ਜੂਗਾ ਆਹੋ, ਡੀਸੀ ਲੱਗਾ ਵਾ, ਡੀਸੀ ਭਰ ਲੈਣਾ ਤੇਰਾ ਪਿਓ, ਉਹਦਾ ਫਿਰ ਪਿਓ ਨੂੰ ਇਹੀ ਡੀਸੀ ਲੱਗਿਆ ਮੇਰਾ ਪੁੱਤ, ਗੱਲਾਂ ਦੇਖ ਕਰਦੀ ਥਕਾਰੀ ਹੈ ਬਾਲੀ, ਮੈਂ ਤਾਂ ਨਹੀਂ ਚੱਲ ਕਾਹਨੂੰ ਬੋਲਣਾ, ਕਾਹਨੂੰ ਬੋਲਣਾ, ਆ ਜਾਂਦੇ ਮੇਰੇ ਪੁੱਤ ਨੂੰ, ਕਰਦੇ ਤੈਨੂੰ ਦੋਨੇ ਮਾਂ ਪੁੱਤ ਸੀ ਗੱਜ ਵਰਗੀ।
ਪਹਿਲਾਂ ਖੇਤ ਗੁੱਡ ਕੇ ਆਏਗੇ ਬਾੜੀ, ਉਹ ਬਾੜੀ ਤਾਂ ਆ ਵੀ ਆਪਣੀ ਗੁੱਡਣ ਵਾਲੀ ਸੀਗੀ, ਚੱਲ ਫੇਰ ਹੀ ਗੁੱਡਾਂਗੇ। ਹੁਣ ਤਾਂ ਰੋਟੀ ਖਾ ਕੇ, ਰੋਟੀ ਦੀ ਭੁੱਖ ਲੱਗੀ ਪਈ ਹੈ, ਕਿਹੜਾ ਐਂ ਕੋਈ ਰੋਟੀ ਫੜਾ ਆਉਂਦੀਆਂ ਨੇ ਖੇਤ, ਰੋਟੀ ਖਾਣ ਆ ਜਾਂਦੇ ਆ, ਕਦੇ ਚਾਹ ਪੀਣ ਆ ਜਾਂਦੇ ਆ, ਤਾਂ ਹੀ ਤਾਂ ਕੋਈ ਖੇਤ ਕੰਮ ਨਹੀਂ ਕਰਨੇ ਪੜਦਾ। ਲੈ ਬੇਬੇ ਵੀ ਆ ਬੈਠੀ ਹੈ, ਬੇਬੇ ਉਹ ਤਾਂ ਨਹੀਂ ਮੇਰੀ ਰੋਟੀ ਫੜਾ ਕੇ ਵੀ, ਹਰਪ੍ਰੀਤ ਤੂੰ ਹੀ ਮੇਰੀ ਰੋਟੀ ਫੜਾ ਆਉਂਦੀ, ਹੁਣ ਲੈ ਮੈਂ ਰੋਟੀ ਖਾਣ ਆਏਗਾ, ਕਦੇ ਮੈਂ ਚਾਹ ਪੀਣ ਆ ਜਾਣਾ, ਕਦੇ ਮੈਂ ਨੀਰਾ ਪਾਉਣ ਆ ਜਾਣਾ, ਖੇਤੀ ਦਾ ਮੈਂ ਕੰਮ ਕਦੋਂ ਕਰਾਂ? ਤੂੰ ਤਾਂ ਕੰਮ ਕਦੋਂ ਕਰੇ ਭਾਈ, ਜੇ ਰੋਟੀਆਂ ਪਕਾਉਗੀ ਫੇਰ ਹੀ ਮੈਂ ਫੜਾਉਂਗੀ, ਮੈਂ ਹੀ ਭੁੱਖੀ ਬੈਠੀ ਆ ਘਰੇ, ਤੈਨੂੰ ਕਿੱਥੋਂ ਫੜਾਵਾਂ ਮੈਂ? ਨਾ ਰੋਟੀਆਂ ਪਕਾਈਆਂ ਨੀ ਹਰਪ੍ਰੀਤ? ਮੈਂ ਪਕਾਈਆਂ ਨੀ, ਮਿੰਟਾਂ ਦੀ ਪਕਾ ਕੇ ਖਾ ਲਾ, ਉਹ ਰਸੋਈ ਚ ਆਟਾ ਕੋਟਾ ਸਭ ਕੁਝ ਪਿਆ, ਤੇ ਮੈਂ ਇੱਥੇ ਨੀ ਪੱਕਦੀਆਂ ਦੀ। ਬੇਬੇ ਗੱਲ ਕੀ ਹੋਈ, ਕਿਉਂ ਨੀ ਰੋਟੀਆਂ ਪਕਾਈਆਂ? ਕੀ ਪਤਾ ਭਾਈ ਕੀ ਗੱਲ ਲੱਗੀ ਨਾ ਗੱਲ ਹੈਗੀ, ਮਿੰਟਾਂ ਦੇ ਕਹਿੰਦੇ ਚੱਕ ਝੋਲਾ, ਦੂਜਿਆਂ ਦੇ ਮੁੰਡੇ ਕੋਲ ਵਾਲੇ ਸੱਤ ਤਾਂ ਰੋਟੀਆਂ ਤੈਨੂੰ ਦਿੱਤੀਆਂ ਨਹੀਂ ਜਾਂਦੀਆਂ। ਅੱਛਾ ਅੱਛਾ, ਤੈਨੂੰ ਐਂ ਕਹਿੰਦੀ ਹੈ ਝੋਲਾ ਚੱਕ ਵਗ ਜਾ? ਵਗ ਜਾ ਦੀ, ਹੁਣ ਮੈਂ ਤਾਂ ਤੇਰੀ ਡੀਕ ਦਾ ਕਰਕੇ ਬੈਠੀ ਸੀ ਪੁੱਤ, ਮੈਨੂੰ ਤਾਂ ਉਹ ਕਹਿੰਦੇ ਤੀਓ ਕਾਲ, ਕਹਿੰਦੇ ਘਰੋਂ ਨਿਕਲ ਜਾ, ਮੇਰੇ ਘਰ ਤੇ ਬੈਠਣਾ ਨਾ, ਮੈਂ ਰੋਟੀ ਜਮਾ ਅੱਜ ਤੈਨੂੰ ਨਾ ਦੇਵਾਂ, ਸਵੇਰੇ ਬਥੇਰਾ ਮੱਥਾ ਮਾਰ ਕੇ ਆ ਗਈ ਉੱਥੋਂ, ਮੈਂ ਤਾਂ ਮੰਜੇ ਤੇ ਵੀ ਟੇਢੀ ਕਰਤੀ ਵੀ ਉੱਠ ਕਰ ਰੋਟੀ ਪਕਾ ਲਾ, ਤਾਂ ਵੀ ਨੀ ਪਕਾਈ ਉਹਨੇ। ਬੇਬੇ ਨੂੰ ਐਂ ਨੀ ਪਤਾ ਵੀ ਤੇਰੇ ਨਾਲ 2 ਕਿੱਲੇ ਜ਼ਮੀਨ ਦੇ ਹੈ? ਉਹ ਤਾਂ ਆਖਿਆ ਸੀ ਪੁੱਤ ਮੈਂ, ਕਹਿੰਦੇ 2 ਕਿੱਲੇ ਸਾਨੂੰ ਕੋਈ ਲੋੜ ਨੀ, ਡਰਾਬੇ ਦਿੰਦੀ 2 ਕਿੱਲਿਆਂ ਦੇ, ਕਹਿੰਦੇ ਲੈ ਜਾ ਆਪਦੇ 2 ਕਿੱਲੇ ਵੀ। ਨਾ ਕਹਿੰਦੇ ਸਾਨੂੰ ਜ਼ਮੀਨ ਦੀ ਲੋੜ ਹੀ ਨਹੀਂ? ਨਾ ਲੋੜ ਨਹੀਂ ਆਂਦੀ, ਲੈ ਜਾ 2 ਕਿੱਲੇ ਆਪਦੇ, ਉਹਦਾ ਦੂਜੇ ਮੁੰਡੇ ਕੋਲੇ, ਕਹਿੰਦੇ ਉਹਨੂੰ ਤਾਂ ਨੌਕਰੀ ਤੇ ਲਾਤਾ, ਇਹਨੂੰ ਨੌਕਰੀ ਤੇ ਨੀ ਲਾਇਆ ਤਾਂ ਵਿਤਕਰਾ ਰੱਖਿਆ ਮੈਨੂੰ ਉਹਦੀ। ਦੇਖ ਪੁੱਤ ਮੈਂ ਵਿਤਕਰਾ ਰੱਖਿਆ ਕਿ ਤਾਂ ਇਹ ਨੀ ਪੜਿਆ ਆਪ, ਤੈਨੂੰ ਮੈਂ ਸਕੂਲ ਚ ਛੱਡ ਕੇ ਆਉਂਦੀ ਸੀ ਤੇ ਤੂੰ ਭੱਜਿਆ ਆਉਣਾ ਹੁੰਦਾ ਸੀ ਖਾ ਕੇ ਪਰੌਂਠੇ। ਉਹ ਬੇਬੇ ਇਹ ਤਾਂ ਕਰਮਾਂ ਦੀਆਂ ਗੱਲਾਂ ਨੇ, ਉਹ ਨਾ ਚਲੋ ਨੌਕਰੀ ਕਰਦਾ, ਮੈਂ ਖੇਤੀ ਕਰਦਾ, ਖੇਤੀ ਚ ਕਿਹੜਾ ਕੋਈ ਘੱਟ ਹੈਗਾ? ਘੱਟ ਹੈਗਾ ਦਾ ਪੁੱਤ ਸਭ ਕੁਝ ਅਸਮਾਨ ਨਹੀਂ, ਉਹ ਨੌਕਰੀ ਕਰਦਾ ਕਹਿੰਦੇ ਉਹਦੇ ਕੋਲ ਤਾਂ ਉਹਦੇ 5 ਕਿੱਲੇ ਆ, ਤੇ ਤੇਰੇ ਕੋਲ 5 ਸੁੱਖ ਨਾ, ਆਪਦੇ 2 ਮੇਰੇ 7 ਕਿੱਲਿਆਂ ਦੀ ਆਮਦਨ ਕੱਢਦਾ ਤੂੰ। ਬੇਬੇ ਫਿਰ ਮੈਨੂੰ ਤਾਂ ਹੁਣ ਤੇਰਾ ਜ਼ਮੀਨ ਤੇ ਮੈਂ ਬਹੁਣਾਗਾ, ਫਿਰ ਤੈਨੂੰ ਅਸੀਂ ਰੋਟੀ ਵੀ ਦਿੰਨੀ ਆ। ਫਿਰ ਰੋਟੀ ਭਾਈ ਉਹ ਤਾਂ ਕਹਿੰਦੇ ਮੈਨੂੰ ਦਿੰਦੀ ਨਹੀਂ, ਮੈਂ ਤੜਕੇ ਦੀ ਭੁੱਖੀ ਬੈਠੀ ਹਾਂ, ਜਦੋਂ ਮੈਨੂੰ ਰੋਟੀ ਉਹਨੇ ਦਿੱਤੀ ਨਹੀਂ, ਹੁਣ ਮੈਂ ਦਿੱਤੀ ਨਾ ਦਿੱਤੀ ਜਦੋਂ ਨਹੀਂ ਖਾ ਲਾ, ਦਿੱਤੀ ਜਦੋਂ ਕਹਿੰਦੇ ਰੋਟੀ ਦਿੰਦੀ ਹੈ ਉਹ ਸਿਣਕੀ ਬਿਣਕੀ ਰੋਟੀ ਦਿੰਦੀ ਹੈ, ਬਸ ਜਦੋਂ ਨਹੀਂ ਸਰਦਾ ਉਦੋਂ ਫੜਾਉਂਦੀ ਹੈ ਮੈਨੂੰ। ਅੱਜ ਤਾਂ ਮੈਨੂੰ ਜਵਾਬ ਹੀ ਦੇਤਾ ਉਹਨੇ, ਅੱਜ ਪਕਾ ਲਾ ਤੇ ਖਾ ਲਾ, ਸਭ ਤਾਂ ਦਿੱਤੀ ਨਹੀਂ। ਬੇਬੇ ਉਹਦੀ ਕੀ ਮਜਾਲਿਆ ਵੀ ਤੈਨੂੰ ਰੋਟੀ ਦੇ ਦੇਵੇ ਉਹ, ਮੈਂ ਹੁਣੀ ਕਰਦਾ ਵਾ ਨਾ ਜਾ ਕੇ ਗੱਲ। ਕਰ ਲੈ ਭਾਈ ਗੱਲ, ਉਹ ਤਾਂ ਸਭ ਕੁਛ ਬੋਲਦੀ ਹੈ, ਤੁਸੀਂ ਕਹਿੰਦੇ ਐਂ ਕਰਤਾ ਸਾਡਾ ਵਿਚੋਲੇ ਨੇ ਠੱਗੀ ਮਾਰ ਲਈ, ਐਂ ਕਰ ਲਿਆ ਬਾਹ ਕਰ ਲਿਆ, ਮੇਰੇ ਪਿਓ ਤੋਂ ਕਹਿੰਦੇ ਅੰਦਰ ਭਲੋ ਕੇ ਸਾਕ ਲੈ ਲਿਆ, ਉਹ ਤਾਂ ਬਾਹਲੇ ਕੁਛ ਕਰਦੇ, ਤੂੰ ਤਾਂ ਪੁੱਤ ਵਗ ਜਾ ਖੇਤ ਤੇ ਸਾਰਾ ਦਿਨ ਮੈਂ ਇਹਦੇ ਤਾਨੇ ਮਿਹਣੇ ਸੁਣਦੀ ਰਹਿ ਜਾਂਦੀ। ਅੱਛਾ ਆਈਆਂ ਜਾਂ ਗੱਲਾਂ ਰੋਜ਼ ਹੀ ਕਰਦੀ ਹੈ? ਰੋਜ਼ ਹੀ ਕਰਦੇ ਪੁੱਤ, ਇੱਕ ਦਿਨ ਨਹੀਂ, ਇੱਕ ਦਿਨ ਹੋਵੇ ਤਾਂ ਟੱਪ ਜੇ ਬੰਦਾ, ਹੋਏ ਇੱਕ ਦਿਨ ਗੱਲ ਕਰ ਲਈ 2 ਮਹੀਨੇ ਟੱਪ ਗਏ, ਉਹ ਤਾਂ ਦਿਨ ਰਾਤ ਇੱਕੋ ਹੀ ਗੱਲ ਹੈ ਭਾਈ, ਤੂੰ ਖੇਤ ਵਗ ਨਾ ਖੜਾ ਛੁੱਟ ਜਾਂਦਾ, ਮੇਰੇ ਤਾਂ ਖੜਾ ਵੀ ਨਹੀਂ ਛੁੱਟਦਾ। ਬੇਬੇ ਉਹਦਾ ਕੀ ਮਾੜਾ ਹੈਗਾ, ਉਹ ਮੈਂ ਤੇਰੇ 2 ਕਿੱਲੇ ਵੀ ਵਾਹੀ ਜਾਂਦਾ, ਦੇਖ ਲੈ ਅੱਜ ਕੱਲ ਤਾਂ ਹੁਣ 1 ਲੱਖ ਰੁਪਇਆ ਠੇਕਾ ਹੋਇਆ ਪਿਆ, 2 ਲੱਖ ਆਮਦਨ ਹੋ ਗਈ ਠੇਕੇ ਦੀ। ਫਿਰ ਉਹ ਨੀ ਮੈਂ ਸੋਚਦੀ ਪੁੱਤ, ਉਹ ਤਾਂ ਕਹਿੰਦੀ ਇੱਥੇ ਜ਼ਮੀਨ ਚ ਕੀ ਹੈ ਖਬਰ, ਉਹਦੇ ਬਾਅਦ ਤਾਂ 2 ਕਿੱਲੇ ਹੋਈ ਆ, ਕਹਿੰਦੀ ਲੈ ਜਾ ਆਪਦੇ ਦੂਜੇ ਪੁੱਤ ਕੋਲੇ ਵਗ ਜਾ, ਕਹਿੰਦੀ ਅੱਜ ਮੈਨੂੰ ਮਨੋ ਮਨ ਝੋਲ ਚਕਾਉਂਦੀ, ਮੈਂ ਤਾਂ ਤੇਰੀ ਡੀਕ ਤੇ ਬੈਠੀ, ਜੇ ਤੂੰ ਕਹੇ ਪੁੱਤ ਤਾਂ ਮੈਂ ਵਗ ਜਾਂਦੀ ਹਾਂ, ਤੇ ਨਹੀਂ ਭਾਈ ਉਹਦੇ ਨਾਲ ਗੱਲ ਕਰ ਲੈ, ਮੈਨੂੰ ਰੋਟੀ ਟਾਈਮ ਸਿਰ ਦਿਓ ਤਾਂ ਠੀਕ ਹੈ, ਨਹੀਂ ਫਿਰ ਮੈਂ ਭੁੱਖੀ ਚੋ ਹੀ ਤਾਂ ਬੈਠੀ। ਬੇਬੇ ਮੇਰੀ ਗੱਲ ਸੁਣ ਲੈ, ਤੂੰ ਕਿਧਰੇ ਨੀਗਾ ਜਾਣਾ, ਜੇ ਤੈਨੂੰ ਉਹ ਰੋਟੀ ਨਾ ਦੇਊ ਨਾ, ਤੈਨੂੰ ਰੋਟੀਆਂ ਮੈਂ ਦੇਊਂਗਾ, ਉਹੀ ਤਾਂ ਕੋਈ ਮਜਾਲ ਹੀ ਨਹੀਂ ਕਿ ਤੈਨੂੰ ਰੋਟੀ ਨਾ ਦੇਵੇ, ਤੂੰ ਵਧੀਆ ਕਰਿਆ ਤੂੰ ਗਈ ਨਹੀਂ, ਮੈਂ ਉਹਦੇ ਨਾਲ ਅੱਜ ਹੀ ਜਾ ਕੇ ਗੱਲ ਕਰਦਾ ਹੁਣੀ। ਪੁੱਛ ਲੈ ਭਾਈ ਕੀ ਕਹਿੰਦੀ ਆ। ਕੋਈ ਨਹੀਂ ਬੇਬੇ, ਤੂੰ ਗੁੱਸਾ ਨਾ ਮਨ। ਨਾ ਗੁੱਸਾ ਤਾਂ ਕਾਹਦਾ ਪੁੱਤ, ਮੈਂ ਰੋਟੀਆਂ ਦੀ ਗੱਲ ਕਰਦਾ ਤਾਂ ਪਰੌਠੇ ਹੋਣਗੇ ਤੇਰੇ ਕੋਲ ਹੁਣੀ। ਠੀਕ ਆ ਪੁੱਤ, ਹੁਣੀ ਕਰਦਾ ਉਹਨੇ ਜਾ ਕੇ ਗੱਲ, ਮੈਂ ਕਰ ਲਾ ਪੁੱਤ, ਮੈਂ ਬਾਹਲਾ ਕਲੇਸ਼ ਵੀ ਨਾ ਕਰੀ। ਲੈ ਦੇਖ ਲਾ ਮੇਰਾ ਪੁੱਤ ਤਾਂ ਕਹਿੰਦਾ ਤੇਰੇ ਕੋਲ ਰੋਟੀ ਆਉ ਪਰੌਂਠੇ ਆਉਣਗੇ, ਉਹ ਕਿਹੜੀ ਉਹ ਕਰਦੇ ਆ ਨਹੀਂ ਪਤਾ, ਕਹਿੰਦੇ ਉਹਨੂੰ ਵੀ ਨਾ ਜਵਾਕ ਨੂੰ ਸਿੱਧੇ ਮੂੰਹ ਬੋਲੇ, ਗੱਲ ਕਰ ਇਹਨੂੰ ਮੇਰੇ ਪੁੱਤ ਨੂੰ ਤਾਂ ਚੇਪ ਹੈ ਵੀ ਮੇਰੇ ਕੋਲ 2 ਕਿੱਲੇ ਵੱਧ ਹੈਗੇ, ਮੈਂ ਵਾਹੀ ਜਾਂਦਾ, 2 ਦਾਣੇ ਵੱਧ ਆਈ ਜਾਂਦੇ ਹੈਗੇ, ਇਹਦੇ ਨਾਲ ਮੇਰੀ 2 ਕਿੱਲਿਆਂ ਦੀ ਫਸਲ ਨਾਲ ਕਬੀਲਦਾਰੀ ਚੱਲੀ ਜਾਂਦੀ ਹੈ, ਦੂਜੇ ਮੈਂ 4 ਰੁਪਇਆ ਉਹਦੇ ਜੋੜੀ ਜਾਂਦਾ, ਪਰ ਇਹ ਨੀ ਨਾ ਜਾਣਦੀ ਇਹਨਾਂ ਤਾਂ ਵੀ 2 ਕਿੱਲੇ ਕਿੱਡੀ ਕੁ ਗੱਲ ਹੈ, ਹਜੇ ਰੋਟੀ ਮੈਨੂੰ ਬੋਲਦੀ ਹੈ ਲੈ ਜਾ, ਜੇ ਮੇਰੇ ਪੁੱਤ ਨੇ ਕਹਿਤਾ ਤਾਂ ਮੈਂ ਲੈ ਜਾਊ, ਕੁਝ ਦੇ ਤੇਰੇ ਆਖਰ ਤਾਂ ਮੈਂ ਜਾਂਦੀ ਨਹੀਂ, ਜੇ ਮੇਰਾ ਪੁੱਤ ਭੇਜੂ ਤਾਂ ਮੈਂ ਵਗ ਜੂ, ਨਹੀਂ ਇਹਨੂੰ ਰੋਟੀ ਮੇਰਾ ਪੁੱਤ ਦੇ ਦੂ ਬਥੇਰਾ ਪਕਾ ਕੇ, ਨਹੀਂ ਦੇਣੀ ਨਾ ਦੇ, ਨਹੀਂ ਮੈਂ ਪਕਾ ਲੂੰ, ਜੇ ਮੇਰਾ ਪੁੱਤ ਕਹੂਗਾ ਵੀ ਪਕਾ ਕੇ ਖਾ ਲਾ ਮੈਂ ਖਾ ਵੀ ਲੂੰ।
ਹਰਪ੍ਰੀਤ ਉਹ ਕਿੱਥੇ ਹੈ? ਅੱਛਾ ਇੱਧਰ ਹੈ ਤੂੰ? ਚਾਹ ਬਣੀ ਜਾਂਦੀ, ਚਾਹ ਤੇਰੀ ਪਈ ਹੈ? ਉਹ ਚਾਹ ਤਾਂ ਬਣੀ ਜਾਂਦੀ, ਉਰੇ ਆ ਤੂੰ ਮੇਰੇ ਕੋਲੇ। ਹਾਂ ਮੇਰੀ ਗੱਲ ਸੁਣ ਤੂੰ। ਕੀ ਗੱਲ ਹੈ? ਕਰ ਰਿਹਾ ਤੈਨੂੰ ਹਜੇ ਪਤਾ ਨੀਗਾ? ਬੋਲ। ਬੇਬੇ ਉੱਥੇ ਬੈਠੀ ਹੈ। ਬੇਬੇ ਤਾਂ ਕਹਿੰਦੀ ਮੈਨੂੰ ਅਜੇ ਰੋਟੀ ਨੀ ਪਕਾ ਕੇ ਦਿੱਤੀਆਂ, ਕੀ ਗੱਲ ਹੋ ਗਈ? ਮੇਰਾ ਨਾ ਸਿਰ ਦੁਖੀ ਜਾਂਦਾ ਸੀ, ਮੈਂ ਬਿੰਦਕ ਪੈ ਗਈ, ਮੈਂ ਚੱਲ ਮੇਰਾ ਸਿਰ ਦੁਖੀ ਜਾਂਦਾ ਤੇ ਬੇਬੇ ਨੂੰ ਮੈਂ ਕਹਿਤਾ ਵੀ ਬੇਬੇ ਰੋਟੀ ਨਾ ਰਸੋਈ ਚ ਬਣੀ ਪਈ ਹੈ ਤੇ ਤੂੰ ਚੱਕ ਕੇ ਖਾ ਲਾ, ਤੇ ਬੇਬੇ ਨੇ ਨਾ ਬੜਾ ਕੁਛ ਕੀਤਾ, ਬੇਬੇ ਨੇ ਮੇਰਾ ਮੰਜਾ ਟੇਢਾ ਕਰਤਾ, ਮੈਨੂੰ ਥੱਲੇ ਸਿੱਟਤਾ। ਮੰਜਾ ਟੇਢਾ ਕਰਤਾ? ਹਾਂ, ਮੈਨੂੰ ਤਾਂ ਇੱਥੇ ਫਰਸ਼ ਤੇ ਸਿੱਟਤਾ, ਏਦਾਂ ਸ਼ੁਕਰ ਮੇਰੀ ਤੂੰ ਹੀ ਨੀ ਟੁੱਟੀ, ਉਹ ਆ ਕੇ ਜ਼ੋਰ ਦਾ ਮੰਜਾ ਨਾ ਇੰਦੜਾ ਮਾਰਿਆ, ਭਾਵੇਂ ਤੂੰ ਪੁੱਛ ਕੇ ਦੇਖ ਲਈ ਬੇਬੇ ਨੂੰ। ਉਹ ਮੇਰੀ ਗੱਲ ਸੁਣ ਲੈ ਤੂੰ। ਹਾਂ ਬੇਬੇ ਨੇ ਮੈਨੂੰ ਸਾਰੀਆਂ ਗੱਲਾਂ ਦੱਸਤੀਆਂ। ਉਹ ਕਾਮਲੀ, ਤੂੰ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲੈ, ਬੇਬੇ ਦੇ 2 ਕਿੱਲੇ ਵਾਹੁਣੇ ਆਪਾਂ, ਤੈਨੂੰ ਪਤਾ ਹੈ ਗਰਮ ਗੱਲਾਂ ਸੁਣਾਉਂਦੀ ਸੀ, ਕਹਿੰਦੀ ਭਾਈ ਤੂੰ ਮੈਂ ਡੀਕੀ ਜਾਂਦੀ ਸੀ ਤੇ ਹਰਪ੍ਰੀਤ ਮੈਨੂੰ ਆਏ ਕਹਿੰਦੀ ਸੀ ਵੀ ਚੱਕ ਝੋਲਾ ਦੂਜੇ ਪੁੱਤ ਕੋਲੇ ਵਗ ਜਾ। ਉਹ ਕਾਮਲੀ ਜੀ ਉੱਥੇ ਵਗ ਗਈ, ਉਹਦੇ ਕੋਲ ਤਾਂ ਪੈਸੇ ਪਹਿਲਾਂ ਹੀ ਬਥੇਰੇ, ਅਫਸਰ ਲੱਗਿਆ ਹੋਇਆ। ਮੈਂ ਪਾਗਲ ਆ, ਮੈਂ ਬੇਬੇ ਨੂੰ ਐ ਕਹੂੰਗੀ ਵੀ ਚੱਕ ਝੋਲਾ ਉੱਥੇ ਵਗ ਜਾ? ਮੈਂ ਤਾਂ ਉਹਨੂੰ ਉਹੀ ਗੱਲ ਐ ਕਹਿੰਦੀ ਆ ਵੀ ਬੇਬੇ ਤੂੰ ਉਹਦੇ ਪੇਕੇ ਵੀ ਨਾ ਜਾ, ਤੂੰ ਘਰੇ ਰਹਿ, ਵੀ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਮੈਨੂੰ ਦੱਸਿਆ ਕਰ, ਜੇ ਚਾਹ ਪੀਣੀ ਮੈਂ ਚਾਹ ਕਰਕੇ ਦੇ ਦਿੰਦੀ ਹਾਂ, ਜੇ ਤੈਨੂੰ ਦੁੱਧ ਤੱਤਾ ਕਰਕੇ ਦੇਣਾ ਮੈਂ ਦੁੱਧ ਤੱਤਾ ਕਰਕੇ ਦੇ ਦਿੰਦੀ ਹਾਂ, ਤੇ ਜੇ ਰੋਟੀ ਖਾਣੀ ਮੈਂ ਤੈਨੂੰ ਰੋਟੀ ਪਕਾ ਕੇ ਦੇ ਦਿੰਦੀ ਹਾਂ, ਮੈਂ ਤਾਂ ਬੇਬੇ ਦੀ ਬਾਰੀ ਸੇਵਾ ਕਰਦੀ ਹਾਂ। ਨਾ ਤੂੰ ਕੁਛ ਕਹਿ ਨੀ ਨਾ, ਮੈਂ ਕਿਦੋਂ ਕਿਹਾ ਕੁਛ? ਫਿਰ ਬੇਬੇ ਕੋਈ ਨਹੀਂ ਗੱਲਾਂ ਕਰਦੀ ਆ ਮੈਨੂੰ, ਗੱਲਾਂ ਮੈਨੂੰ ਨਹੀਂ ਪਤਾ ਬੇਬੇ ਦੇ ਕਿਸੇ ਨੇ ਉਂਗਲਾਂ ਲਾਤੀਆਂ ਹੋਣਗੀਆਂ ਵੀ ਤੇਰੇ ਕੋਲੇ 2 ਕਿੱਲੇ ਜ਼ਮੀਨ ਦੇ, ਤੂੰ ਇਹਨਾਂ ਨੂੰ ਖਵਾਈ ਜਾਂਦੀ ਹੈ। ਹਾਂ ਬੇਬੇ ਉਂਗਲਾਂ ਤੇ ਲੱਗਦੀ ਹੈ ਮਾਂ, ਗੱਲ ਤਾਂ ਤੇਰੀ ਠੀਕ ਹੈ। ਹਾਂ ਆਹੀ ਗੱਲ ਹੈ ਫਿਰ, ਐ ਨਹੀਂ ਪਤਾ ਉਹਨਾਂ ਨੇ ਫੋਨ ਕਰ ਲਿਆ ਵੀ ਬਾਈ ਵਰਗੇ ਨੇ ਜਾਂ ਭੈਣ ਨੇ, ਉਹਨੇ ਉਹਨਾਂ ਨੇ ਕਹਿਤਾ ਹੋਵੇ ਵੀ ਤੂੰ 2 ਕਿੱਲੇ ਖਵਾਈ ਜਾਂਦੀ ਹੈ ਇਹਨਾਂ ਨੂੰ। ਨਾ ਨਾ ਨਾ, ਐਵੇਂ ਨਾ ਤੂੰ ਸ਼ੱਕ ਕਰਿਆ ਕਰ, ਉਹ ਨਹੀਂ ਕੁਛ ਕਹਿੰਦੇ, ਉਹਨਾਂ ਕੋਲ ਤਾਂ ਪਹਿਲਾਂ ਹੀ ਬਥੇਰੇ ਪੈਸੇ ਨੇ। ਪੈਸੇ ਭਾਵੇਂ ਕਿੰਨੇ ਮਰਜ਼ੀ ਹੋਣ ਅਗਲੇ ਕੋਲੇ, ਜਿਹੜਾ ਹਿੱਸਾ ਬਣਦਾ ਹੁੰਦਾ ਨਾ ਮਾਂ ਪਿਓ ਦੇ ਨਾਂ ਹੋਵੇ ਉਹਦੇ ਤਾਂ ਹੱਕ ਹੁੰਦਾ, ਅਗਲੇ ਦਾ ਇਹ ਕਹਿੰਦੇ ਹੋ ਵੀ 1 ਕਿੱਲਾ ਜ਼ਮੀਨ ਦਾ ਉਹ ਖਾਈ ਜਾਂਦੇ ਸਾਡਾ। ਉਹ ਲੈ ਉਹਨਾਂ ਦੇ ਇਹੋ ਜਿਹੇ 1 ਕਿੱਲੇ ਕਮਲੀਏ ਕੀ ਯਾਦ ਨੇ। ਹਾਂ ਮੈਨੂੰ ਮੇਰੇ ਗੱਲ ਮਾੜੀ ਜਿਹੀ ਮਨ ਲੱਗਦੀ ਹੈ ਵੀ ਬੇਬੇ ਨੂੰ ਤਾਂ ਚੱਕ ਕੇ ਦਿਓ, ਕਿਸੇ ਦੀ ਹੋਰ ਹੈ। ਉਹ ਫਿਰ ਕੀ ਪਤਾ ਹੁਣ, ਕੀ ਪਤਾ ਅਗਲੇ ਨੇ ਕਿਸੇ ਕੋਲੇ ਕਹਿਤਾ ਹੋਵੇ, ਕਿਸੇ ਨੇ ਲਾਤੀ ਹੋਵੇ, ਹੋਰ ਨੇ ਉਂਗਲ ਲਾਤੀ ਹੋਵੇ, ਨਾਲੇ ਬੁੜੀਆਂ ਦਾ ਅੱਜ ਕੱਲ੍ਹ ਕੇ ਮੂੰਹ ਫੜ ਲੈਣਾ, ਕੋਈ ਤਾਈ ਚਾਚੀ ਲੰਘਦੀ ਟੱਪਦੀ ਇਹਨੂੰ ਮਿਲ ਗਈ, ਲਾ ਗਈ ਕੋਈ ਉਂਗਲ ਵੀ 2 ਕਿੱਲੇ ਤੂੰ ਇਹਨਾਂ ਨੂੰ ਖਵਾਈ ਜਾਣੀ, ਦੂਜਾ ਵੀ ਤੇਰਾ ਪੱਤਾ। ਮੈਨੂੰ ਤਾਂ ਸੰਗਾ ਬੇਬੇ ਐ ਕਹਿੰਦੀ ਸੀ, ਕਹਿੰਦੀ ਜੇ ਤੂੰ ਐ ਕਰਦੀ ਹੈ ਨਾ ਵੀ ਭਾਈ ਰੋਟੀ ਚੱਕ ਕੇ ਖਾ ਲਾ, ਕਹਿੰਦੀ ਰੋਟੀਆਂ ਮੈਨੂੰ ਮੰਜੇ ਤੇ ਬੈਠੀ ਨੂੰ ਫੜਾ, ਕਹਿੰਦੀ ਮੈਂ 2 ਕਿੱਲੇ ਜ਼ਮੀਨ ਦੇ ਦੂਜੇ ਮੁੰਡੇ ਨੂੰ ਦੇ ਦੂੰ। ਉਹ ਫਿਰ ਕੀ ਗੱਲ ਹੈ ਜੇ ਬੇਬੇ ਕਹਿੰਦੀ ਐ ਰੋਟੀਆਂ ਚੱਕ ਕੇ ਵੀ ਖਾਣੀਆਂ ਨੇ, ਉਹੀ ਰੋਟੀਆਂ ਤੂੰ ਫੜਾ ਦੇ, ਨਾਲੇ ਮੇਰੀ ਗੱਲ ਸੁਣ ਲੈ। ਤੈਨੂੰ ਦੱਸੀ ਤਾਂ ਅੱਜ ਤਾਂ ਬੇਬੇ ਹਰਖੀ ਬੈਠੀ ਐ, ਅੱਜ ਤੈਨੂੰ ਪਰੌਠੇ ਰੱਖ ਕੇ ਦੇਈ ਤੂੰ। ਲੈ ਲਾ ਦੂੰਗੀ, ਮੈਂ ਤਾਂ ਦੇਸੀ ਘਿਓ ਦੇ ਲਾ ਦੂੰ, ਦੇਸੀ ਘਿਓ ਉੱਥੇ ਧਰਿਆ ਪਿਆ, ਮੈਂ ਆਖਿਆ ਸੀ ਬੇਬੇ ਨੂੰ ਮਾਂ ਬੇਬੇ ਨੇ ਘਿਓ ਕੱਢ ਕੇ ਰੱਖਿਆ ਤੇ ਨਹੀਂ ਤਾਂ ਤੂੰ ਦਾਲ ਚ ਘਿਓ ਪਾ ਕੇ ਲੈ ਜਾ, ਤੇ ਨਾ ਹੀ ਤੂੰ ਰੋਟੀਆਂ ਲੈ ਜਾ ਚੱਕ ਕੇ, ਤੇ ਬੇਬੇ ਤਾਂ ਲੜਨ ਲੱਗ ਗਈ। ਨਾਲੇ ਤੂੰ ਮੇਰੀ ਗੱਲ ਸੁਣ ਲੈ, ਉਹ ਕਦੇ ਤਾਂ ਮੈਂ ਖੇਤੋਂ ਰੋਟੀ ਖਾਣ ਆ ਜਾਣਾ, ਕਦੇ ਮੈਂ ਚਾਹ ਪੀਣ ਆ ਜਾਣਾ, ਕਦੇ ਮੈਂ ਨੀਰਾ ਪਾਉਣ ਆ ਜਾਣਾ, ਉਹ ਮੇਰਾ ਤਾਂ ਕੋਈ ਕੰਮ ਨਹੀਂ ਨਿਬੜਦਾ। ਆਪਾਂ ਖੇਤ ਸਬਜ਼ੀ ਲਾ ਰੱਖੀ ਹੈ, ਤੈਨੂੰ ਪਤਾ ਹੈ ਉਹਦਾ ਕੰਮ ਨੀਰਾ ਦਾ, ਫਿਰ ਮੈਂ ਪਾ ਦਾਂਗੀ ਆਪੇ, ਤੂੰ ਤਾਂ ਇੰਨੀ ਆ ਜਾਣਾ, ਤੂੰ ਤਾਂ ਆਏ ਕਰਦਾ ਤੇ ਫਿਰ ਨਹੀਂ। ਮੈਨੂੰ 2 ਰੋਟੀਆਂ ਫੜਾ, ਮੈਂ ਰੋਟੀਆਂ ਖਾ ਕੇ ਫੇਰ ਖੇਤ ਜਾਣਾ ਮੈਂ ਤਾਂ। ਫੜਾ ਦਾਂਗੀ ਰੋਟੀਆਂ ਤੈਨੂੰ ਲਿਆ ਦੇਣੀ, ਨਹੀਂ ਚਾਹ ਬਣੀ ਨੇ, ਨਹੀਂ ਚਾਹ ਪੀਣੀ ਤੇ ਨਹੀਂ ਖਾਜੀ ਰੋਟੀ, ਠੀਕ ਹੈ ਤੇ ਨੀਰਾ ਮੈਂ ਆਪੇ ਪਾ ਦੂੰ। ਉਹ ਚਾਹ ਦਾ ਵੀ ਹੁਣ ਮੈਂ ਕੰਮ ਨਾ, ਮੇੜ ਕੀ ਵਗ ਜੂਗਾ ਪਰੇ, ਮੈਂ ਆਖੀ ਲੈਣੀ ਨਹੀਂ, ਚਾਹ ਬਣੀ ਨਹੀਂ, ਚਾਹ ਪੀ ਜਾ ਮੇਰੇ ਵਾਸਤੇ ਰੋਟੀ ਲਿਆ। ਆ ਖੁਰਪੀ ਤਾਂ ਪਰੇ ਰੱਖਿਆ ਕਰੋ ਨਾ, ਉਹਨਾਂ ਕੀ ਰੱਖਿਆ ਖੁਰਪੀ, ਉੱਥੇ ਫਰਸ਼ ਪੱਟ ਦੇਣਾ, ਫੇਰ ਇਹਨੂੰ ਲੈ ਕੇ ਜਾਣਾ ਮੈਂ ਤਾਂ ਖੇਤ ਹੀ ਜਾਊਂਗਾ, ਵਗ ਜੂ ਫਿਰ ਉੱਥੇ ਧਰਿਆ ਪਰੇ ਨੂੰ, ਨਹੀਂ ਹੱਥ ਧੋਇਆ ਸਾਬਣ ਨਾ, ਇੱਧਰ ਧੋਇਆ ਜਾ ਕੇ ਉਹ ਬਾਥਰੂਮ ਕੋਲੇ ਵਗ ਗਿਆ ਪਰੇ, ਗੁੜੀ ਦਾ ਤਾਂ ਮੰਮਾ ਅੰਗਰੋਂ ਬਣਾਊ ਮੁਰਗਾ,
ਆਏ ਦੇ ਉਹਦੀ ਉਂਗਲਾਂ ਲਾਟੀਆਂ, ਮੈਨੂੰ ਐਂ ਕਹਿੰਦੀਆਂ, ਮੈਨੂੰ ਐਂ ਕਹਿੰਦੀਆਂ, ਐਂ ਨੀ ਕਹਿੰਦੀ ਵੀ ਚੁੱਪ ਕਰਕੇ ਜਿਹੜੀਆਂ ਦੋ ਰੋਟੀਆਂ ਮਿਲਦੀਆਂ ਮੈਂ ਖਾ ਲਾਂ, ਕੋਈ ਗੱਲ ਨੀ ਤੇਰੇ ਤਾਂ ਮੈਨੂੰ ਵਗ ਜਾਣ, ਤੇਰੇ ਤਾਂ ਮੈਂ ਸਮਾਰ ਕੇ ਵੱਟ ਕੱਢੂੰਗਾ ਤਾਂ। ਆ ਜਾਓ ਹੱਥ ਧੋ ਕੇ, ਲਿਆਉਂਦੀ ਹਾਂ ਮੈਂ ਰੋਟੀ। ਹਰਪ੍ਰੀਤ ਉਹ ਬੇਬੇ ਨੂੰ ਰੋਟੀ ਫੜਾ ਦੀ, ਮੈਂ ਤਾਂ ਖੇਤ ਜਾਂਦਾ ਗਾ। ਬੇਬੇ। ਹਾਂ ਬਾਈ। ਉਹ ਮੈਂ ਤਾਂ ਰੋਟੀ ਖਾ ਲਈ, ਮੈਂ ਤਾਂ ਖੇਤ ਜਾਂਦਾ ਹੁਣ। ਤੂੰ ਤਾਂ ਖਾ ਲਈ, ਪੁੱਤ ਮੈਨੂੰ ਵੀ ਲਿਆਉਂਦਾ ਰੋਟੀ। ਉਹ ਮੈਨੂੰ ਕਾਹਲ ਸੀਗੀ, ਮੈਂ ਤਾਂ ਰੁੱਖੀ ਮਿੱਸੀ ਖਾ ਕੇ ਨਾ, ਤੇ ਮੈਂ ਹੁਣ ਛੇਤੀ ਜਾਂਦਾ ਗਾ, ਤੇ ਨੀਰਾ ਵੀ ਹਰਪ੍ਰੀਤ ਕਹਿੰਦੀ ਮੈਂ ਆਪੇ ਪਾ ਲੂ, ਤੇਰੇ ਵਾਸਤੇ ਰੋਟੀ ਨਾ ਗਰਮ ਗਰਮ ਬਣਾਈ ਜਾਂਦੀ ਆ ਉਹ। ਠੀਕ ਹੈ। ਹਾਂ ਤੇ ਤੂੰ ਰੋਟੀ ਖਾ ਲੈ ਆਰਾਮ ਨਾਲ। ਨਾ ਕੋਈ ਨਾ ਭਾਈ, ਖਾ ਲੂੰਗੀ। ਲੈ ਉਹ ਬੋਲਿਆ ਨਾ ਕਰ ਵਾਲਾ। ਨਾ ਨਾ ਪੁੱਤ, ਮੈਂ ਤਾਂ ਕਾਹਦੇ ਖਾਤਰ ਬੋਲਣਾ ਗਾ, ਮੈਂ ਤਾਂ ਜੇ ਰੋਟੀ ਫੜਾ ਦੇ ਮੈਂ ਕਿਉਂ ਬੋਲੂੰਗੀ। ਹਾਂ ਚੱਲ ਕੋਈ ਨੀ, ਮਾੜਾ ਮੋਟਾ ਤਾਂ ਕੋਈ ਆਪਣੇ ਘਰਾਂ ਚ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਇਹਨਾਂ ਗੱਲਾਂ ਤੋਂ ਗੁੱਸਾ ਨਾ ਮੰਨਿਆ ਕਰ। ਗੁੱਸਾ ਤਾਂ ਕਾਹਦਾ ਮੰਨਣਾ ਗਾ ਬਾਈ, ਜਦੋਂ ਮੇਰੇ ਆਖੇ ਤੋਂ ਮੇਰੀ ਰੋਟੀ ਨੀ, ਫਿਰ ਮੈਨੂੰ ਰੱਖਿਆ ਨਾ, ਫਿਰ ਮੈਂ ਬੋਲਦਾ ਨੀ, ਹੁਣ ਤਾਂ ਕਾਹਨੂੰ ਬੋਲਦੀ ਆ। ਉਹ ਐਂ ਵੀ ਤੂੰ ਰੋਟੀ ਖਾਇਆ ਸੀ, ਜੇ ਤੂੰ ਹੀ ਲਿਆਉਣਾ ਮੈਨੂੰ ਚੰਗੀ ਗੱਲ ਸੀ। ਬੇਬੇ ਉਹ ਮੈਂ ਕਿਹੜਾ, ਹੁਣ ਮੇਰੀ ਗੱਲ ਸੁਣ, ਮੈਂ ਖੇਤ ਜਾਣਾ ਹੈਗਾ, ਮੈਂ ਦੋ ਰੋਟੀਆਂ ਖਾ ਲਈਆਂ, ਤੈਨੂੰ ਉਹ ਫੜਾ ਦੂ ਰੋਟੀ, ਇਹੀ ਜੀ ਕੋਈ ਗੱਲ ਨੀ। ਚੰਗਾ ਮੈਂ, ਚੰਗਾ ਚੰਗਾ, ਮੈਨੂੰ ਬਥੇਰਾ ਕਿਹਾ ਹੈਗਾ। ਠੀਕ ਹੈ, ਤੂੰ ਨਾ ਉਹਨੂੰ ਕੁਛ ਬੋਲੀ ਹੁਣ, ਚੰਗਾ ਨਾ ਮੈਂ ਤਾਂ ਕੀ ਬੋਲਣਾ ਬਾਈ। ਆਖੇ ਮੈਂ ਤਾਂ ਰੋਟੀ ਖਾਇਆ ਆ, ਵੀ ਤੂੰ ਖਾ ਲਈ ਪੁੱਤ, ਮੈਨੂੰ ਦੋ ਰੋਟੀਆਂ ਲਿਆਂਦਾ, ਤੇਰੇ ਮਗਰੋਂ ਤਾਂ ਮੈਨੂੰ ਫੜਾਈ ਖੜੀ ਰੋਟੀਆਂ, ਕਿਹੜੀਆਂ ਰੋਟੀਆਂ ਲਿਆਊਗੀ, ਤੈਨੂੰ ਕਹਿਤਾ ਵੀ ਮੈਂ ਰੋਟੀਆਂ ਫੜਾ ਦੂੰਗੀ। ਦੇਖੋ ਚੱਲ ਖਬਰ ਮੁੰਡੇ ਦਾ ਕਿਹਾ ਮੰਨ ਹੀ ਲਵੇ, ਫੜਾਈ ਦੇਵੇ ਦੋ ਰੋਟੀਆਂ, ਚੱਲ ਦੇਖਦੀ ਡੀਕਦੀ ਆ। ਕੁੜੇ ਹਰਪ੍ਰੀਤ, ਦੇਖ ਕਿਵੇਂ ਬੋਲ ਮਾਰ ਲੱਗੀ ਪਈ ਐ, ਹਰਪ੍ਰੀਤ ਆ ਜਾ ਲਿਆ ਦੇ ਮੈਨੂੰ ਰੋਟੀਆਂ। ਇਹਨੂੰ ਤਾਂ ਐਂ ਹੋ ਗਿਆ ਵੀ ਸੱਚੀ ਮੈਨੂੰ ਰੋਟੀ ਲੈ ਕੇ ਆਉਂਦੀ ਐ, ਤੈਨੂੰ ਤਾਂ ਮੈਂ ਖਵਾਉਣੀ ਆ, ਮੈਂ ਤਾਂ ਪਰੌਂਠੀ ਜਿਹੜਾ ਤੂੰ ਇਹਦੇ ਮੁੰਡੇ ਨੂੰ ਦੱਸਿਆ ਨਾ, ਜੇ ਤੂੰ ਨਾ ਦੱਸਦੀ ਖਾਣੀ, ਤੈਨੂੰ ਦੋ ਰੋਟੀਆਂ ਮੈਂ ਦੇ ਹੀ ਦਿੰਦੀ, ਜਦੋਂ ਉਹਨੂੰ ਦਿੱਤੀਆਂ ਸੀ ਉਹਨੂੰ ਤਾਂ ਮੈਂ ਕਹਿਤਾ ਵੀ ਤੂੰ ਵਗ ਜਾ ਤੇ ਮੈਂ ਰੋਟੀ ਫੜਾ ਦੂੰਗੀ। ਕੋਈ ਨੀ, ਰੋਟੀ ਤਾਂ ਤੈਨੂੰ ਹੁਣ ਮੈਂ ਹੀ ਦੇ ਕੇ ਜਾਂਦੀ ਹਾਂ ਪਰੌਂਠੀ, ਮੈਂ ਤਾਂ ਦੀ ਸਹੇਲੀ ਕੋਲੇ ਜਾ ਕੇ ਆਉਂਦੀ ਹਾਂ 10 ਮਿੰਟ, ਬੁੜੀ ਨੂੰ ਕਹਿ ਜੂ ਤੇਰੀਆਂ ਰੋਟੀਆਂ ਰਸੋਈ 'ਚ ਪਈਆਂ ਚੱਕ ਲਾ, ਤੇ ਹੁਣ ਦੇਖੂ ਰੋਟੀਆਂ ਖਾਏਂਗੀ ਕਿੱਥੋਂ ਦੀ ਚੱਕ ਕੇ। ਹੁਣ ਜਿਹੜਾ ਤੂੰ ਬੋਲੀ ਹੈ ਨਾ ਉਹਦੇ ਕੋਲੇ, ਉਹਦੇ ਹਿਸਾਬ ਨਾਲ ਮੈਂ ਜਿੰਦਾ ਵੀ ਲਾਤਾ ਰਸੋਈ ਨੂੰ, ਸਿਰ ਤਾਂ ਮੈਂ ਕਰਕੇ ਜਾਂਦੀ ਹਾਂ ਸਿੱਧੀ। ਹੁਣ ਕੀ ਕਹਿਣੀ ਹੈ ਬੇਬੇ, ਨਾ ਹੋਈ ਤੂੰ ਪੈ ਗਈ ਇੱਥੇ, ਪੈਣੇ ਸੀ ਬੇਬੇ, ਹੋਰ ਮੈਂ ਕੀ ਕਰਨਾ ਸੀ, ਮੁੰਡਾ ਜਾਂਦਾ ਸੀ ਨੰਗੇ, ਆ ਕੇ ਮੈਂ ਤਾਂ ਰੋਟੀ ਖਾਇਆ, ਤੈਨੂੰ ਹਰਪ੍ਰੀਤ ਰੋਟੀ ਲਿਆ ਕੇ ਦਿੰਦੀ ਹੈ। ਅੱਛਾ ਤੈਨੂੰ ਸੱਚੀ ਲੈ ਕੇ ਆਉਂਦੀ ਹੈ ਮੇਰੇ ਕੋਲੇ ਰੋਟੀਆਂ, ਮੈਂ ਤਾਂ ਬੋਲ ਮਾਰੇ ਸੀ ਮੈਨੂੰ ਦੋ ਰੋਟੀਆਂ ਲਿਆ, ਫਿਰ ਭੁੱਖ ਲੱਗੀ ਪਈ ਆ, ਫਿਰ ਭੁੱਖ ਲੱਗੀ ਪਈ ਉਹਦੀ, ਤੈਨੂੰ ਆਖਿਆ ਸੀ ਲਾ ਕੇ ਖਾ ਲਾ, ਅੱਜ ਮੁੰਡੇ ਦੇ ਨਾਲ ਆਉਂਦੀ ਉਂਗਲਾਂ, ਜੇ ਤੂੰ ਉਹਨੂੰ ਨਾ ਦੱਸਦੀ ਕੁਛ ਬੇਬੇ, ਕਹਿੰਦੀ ਮੈਂ ਤੈਨੂੰ ਦਿਆ ਆ ਜਾਂਦੀ ਤੇਰੇ ਤੇ, ਤੈਨੂੰ ਮੈਂ ਦੋ ਰੋਟੀਆਂ ਲਿਆਈ ਦਿੰਦੀ, ਰੋਟੀਆਂ ਰੁਟੀਆਂ ਲਾਉਣ ਮੈਂ ਤੈਨੂੰ ਜਮਾ ਨੀ ਦਿੰਦੀ, ਹੋ ਪੰਨੇ ਚੱਕ ਕੇ ਖਾ ਲਾ ਰਸੋਈ ਚ, ਤੇ ਮੈਂ ਤਾਂ ਸਹੇਲੀ ਕੋਲੇ ਜਾ ਕੇ ਉਹਨੇ 10 ਮਿੰਟ ਲਾ ਕੇ ਆਉਂਦੀ ਹਾਂ, ਮੇਰੇ ਮਗਰ ਨਾ ਆਈ ਮੈਂ ਤੈਨੂੰ ਦੱਸਾਂ, ਕਿਤੇ ਉੱਥੇ ਬੇਇੱਜ਼ਤੀ ਕਰਨ ਲੱਗ ਜਾ ਮੇਰੀ ਜਾ ਕੇ। ਮੈਂ ਭਾਈ ਜੇ ਤਾਂ ਰੋਟੀਆਂ ਪਕਾਈਆਂ ਪਈਆਂ, ਫਿਰ ਤਾਂ ਮੈਂ ਜਾ ਕੇ ਖਾਈ ਲੂੰ, ਜੇ ਨਾ ਪਕਾਈਆਂ ਫਿਰ ਤਾਂ ਮੈਂ ਮਗਰ ਹੀ ਆਊਂਗੀ, ਬੇਇੱਜ਼ਤੀ ਤੈਨੂੰ ਬੇਇੱਜ਼ਤੀ ਤਾਂ ਮੇਰੇ ਢਿੱਡ ਭੁੱਖ, ਮੇਰੇ ਮਗਰ ਨਹੀਂ ਆਉਣੀ ਚਾਹੀਦੀ, ਮੈਂ ਤਾਂ ਤੂੰ ਮੈਂ 2 ਮਿੰਟ ਜਾ ਕੇ ਆਉਂਦੀ ਹਾਂ, 10 ਮਿੰਟਾਂ 'ਚ ਬਾਰਸ ਆ ਜਾਊਂ, ਮੈਂ ਤੈਨੂੰ ਦੱਸਾਂ, ਚੱਕ ਕੇ ਖਾ ਲਾ ਰੋਟੀਆਂ, ਉੱਤੇ ਕੁੰਡੇ 'ਚ ਚਟਣੀ ਪਈ ਆ ਚੱਕਣੀ, ਬਸ ਭਾਲਦੀ ਆ ਪਰੌਂਠੇ ਮੈਥੋਂ, ਦੇਖ ਲਾ ਮੁੰਡਾ ਦਾਦਾ ਕਹਿੰਦਾ ਰੋਟੀ ਅੱਗੇ ਲਿਆਉਂਦੀ ਆ ਹਰਪ੍ਰੀਤ, ਅੱਗੇ ਤੇਰੇ ਖਾਤਰ ਗਰਮ ਪਕਾਈ ਜਾਂਦੀ, ਮੈਂ ਤਾਂ ਠੰਡੀਆਂ ਖਾਇਆ, ਇਹ ਕਹਿੰਦੀ ਅੱਗੇ ਉੱਥੇ ਪਕਾਈਆਂ ਪਈਆਂ, ਕੁੰਡੇ ਚਟਣੀ ਪੀਏ ਚੱਕ ਕੇ ਖਾ ਲਾ, ਦੇਖ ਦੋ ਰੋਟੀਆਂ ਮੈਨੂੰ ਫੜਾ ਕੇ ਨਹੀਂ ਗਈ, ਸਹੇਲੀ ਕੋਲੋਂ ਤਾਂ ਮਿਲਾਪ ਹੋ ਗਿਆ ਵੀ ਮੈਂ ਮਿਲਿਆ ਮੈਂ ਉਹਦੇ ਕੋਲੇ, ਤੇ ਕਹਿੰਦੀ ਚੱਕ ਕੇ ਖਾ ਲਾ, ਲੈਂਦੇ ਆ ਵੀ ਨਾ ਜਾਵੇ ਕੋਈ ਪਤਾ ਨੀ ਇਹਦਾ, ਹਜੇ ਤਾਂ ਕਹਿੰਦੀ ਚੱਕ ਕੇ ਖਾ ਲਾ, ਜੇ ਪੱਕੀਆਂ ਪਈਆਂ ਚੱਕ ਕੇ ਖਾ ਤਾ ਲਵਾਂ, ਆ ਵੀ ਨਾ ਜਾਵੇ। ਵਧੀਆ ਹੋ ਗਿਆ ਜਿਹੜੀ ਪਕਾ ਕੇ ਧਰ ਗਈ, ਚੱਕ ਕੇ ਤਾਂ ਖਾ ਹੀ ਲਊਂਗੀ, ਨਹੀਂ ਆਪਦੇ ਹੱਥ ਨਾਲ ਤਾਂ ਦੋ ਦਿੰਦੀ, ਹੁਣ ਮੈਂ ਰੱਜ ਕੇ ਤਾਂ ਖਾ ਲਊ, ਬੂਹਾ ਮਰ ਜਾ ਮੈਨੂੰ ਇਹਦੀ ਰੋਟੀ ਖਾ ਲਾ, ਲੈ ਦੇਖ ਲਾ ਆਹ ਲਾ ਗਈ ਸੌਕਣਾ ਵਾਂਗੂ ਜਿੰਦਾ, ਐਂ ਤਾਂ ਕੋਈ ਕਹਿੰਦਾ ਦਰਾਣਾ ਜਿਸਾਣਾ ਵੀ ਨਹੀਂ ਸੀ ਕਰਦਾ ਮੇਰੇ ਨਾਲ, ਜਿਵੇਂ ਇਹਨੇ ਕੀਤੀ ਹੈ ਨੂੰਹ ਬਣ ਕੇ ਦੇਖ ਲਾ,
ਸ਼ਰਮੀ ਨੀ ਮੰਨੀ, ਜਿੰਦਾ ਲਾ ਗਈ ਨੀ, ਹੁਣ ਮੇਰੇ ਕੋਲ ਸਬੂਤ ਨਹੀਂ, ਫੋਟੋ ਖਿੱਚ ਕੇ ਬਹਿ ਜਾਂਦੇ ਮੋਬਾਈਲ ਹੋਵੇ, ਤਾਏ ਨੂੰ ਮੁੰਡੇ ਨੂੰ ਦਿਖਾਵਾਂ ਵੀ ਇਹੋ ਜਿਹੀਆਂ ਰੋਟੀਆਂ ਦਿੰਦੇ ਭਾਈ ਮੈਨੂੰ, ਤੇਰੇ ਮਗਰੋਂ ਲਾ ਕੇ ਜਿੰਦਾ ਰਸੋਈ ਨੂੰ ਤੁਰ ਜਾਂਦੀ ਹੈ, ਲੋੜਾ ਆ ਗਿਆ ਮੈਂ ਰੋਟੀਆਂ ਤਾਂ ਖਾਣੇ ਨੀ ਸੀ ਮੁੰਡੇ ਦੇ ਹੁੰਦੇ ਬੋਲਦੀ ਮਗਰ ਜਾਂਦੀ ਆ ਮੈਂ ਸਹੇਲੀ ਚ ਬੇਇੱਜ਼ਤੀ ਤਾਂ ਹੋਵੇ। ਮੈਂ ਕੋਈ ਕਸਰ ਰਹਿੰਦੀ ਜਲੂਸ ਕੱਢਣ ਦੀ, ਜਿਹੜਾ ਮਗਰ ਜਾ ਕੇ ਕੱਢ ਕੇ ਉੱਥੇ ਜਾ ਕੇ ਕਹਿੰਦੀ ਰਸੋਈ ਨੂੰ ਜਿੰਦਾ ਲਾਇਆ ਈ, ਰਸੋਈ ਨੂੰ ਜਿੰਦਾ ਲਾ ਕੇ ਗਈ ਸੀ, ਤਾਂ ਲਾ ਕੇ ਗਈ ਸੀ। ਮੈਂ ਕਿਹਾ ਕੋਈ ਬਿੱਲੀ ਕੁੱਤਾ ਡੋਲ ਨਾ ਦੇਵੇ ਕੁਛ, ਉਹਨਾਂ ਨੂੰ ਮੈਂ ਜਾ ਕੇ ਦੱਸਿਆ ਸੀ ਵੀ ਮੈਂ ਤਾਂ ਰਸੋਈ ਨੂੰ ਜਿੰਦਾ ਲਾ ਕੇ ਆਈ ਆ, ਏਦਾਂ ਨੀ ਕਹਿ ਕੇ ਆਈ ਸੀ ਮੇਰੀ ਸੱਸ ਨੂੰ ਰੋਟੀ ਨੀ ਦੇ ਕੇ ਆਈ, ਨਾ ਤੈਨੂੰ ਮੈਂ ਕਹਿ ਕੇ ਗਈ ਸੀ ਵੀ ਮੇਰੇ ਮਗਰ ਨਾ ਆਈ ਮਾਂ, ਤਾਂ ਤੂੰ ਲੈਣ ਕੀ ਗਈ ਮਗਰ? ਦਿਨ ਮਗਰ ਦਿਨ ਮੈਂ ਜਾਵਾਂ ਨਾ, ਜਦੋਂ ਮੈਂ ਢਿੱਡੋ ਭੁੱਖੀ ਬੈਠੀ ਸੀ ਤੇ ਮੈਨੂੰ ਰੋਟੀ ਕੱਢ ਕੇ ਧਰ ਜਾਂਦੀ, ਰਸੋਈ ਨੂੰ ਜਿੰਦਾ ਲਾ ਜਾਂਦੀ, ਡੱਬਾ ਕੱਲਾ ਬਾਹਰ ਧਰ ਜਾਂਦੀ, ਚਟਣੀ ਧਰ ਜਾਂਦੀ ਬਾਹਰ, ਮੈਂ ਰੋਟੀ ਖਾ ਲੈਂਦੀ ਚੱਕ ਕੇ, ਜਾਣ ਕੇ ਰੋਟੀਆਂ ਦੀ ਵਾਰੀ ਲਾ ਕੇ ਗਈ ਜਿੰਦਾ। ਰੋਟੀਆਂ ਖਾਣ ਦੀ ਤੇਰੀ ਆਪਦੀ ਕਰਤੂਤ ਨੀ ਹੈਗੀ, ਜੇ ਤੂੰ ਰੋਟੀਆਂ ਖਾਣ ਵਾਲੀ ਹੁੰਦੀ ਨਾ, ਜਦੋਂ ਮੈਂ ਤੈਨੂੰ ਆਖਿਆ ਸੀ ਵੀ ਦੋ ਰੋਟੀਆਂ ਲਾ ਕੇ ਖਾ ਲਾ, ਉਦੋਂ ਤੂੰ ਖਾ ਲੈਂਦੀ, ਉਦੋਂ ਕਹਿੰਦਾ ਖਾਧੀਆਂ, ਅੱਗੇ ਉਦੋਂ ਤੂੰ ਖਾ ਲੈਂਦੀ, ਫਿਰ ਕਿਉਂ ਜੇ ਤਾਂ ਪਕਾ ਲੈਣੀ ਮੁੰਡੇ ਨੂੰ, ਫਿਰ ਤਾਂ ਕਿਉਂ ਆਖਿਆ? ਅੱਗੇ ਮੈਂ ਪਕਾ ਕੇ ਦਿੰਦੀ ਬੇਬੇ ਨੂੰ ਗਰਮ ਗਰਮ ਰੋਟੀਆਂ, ਤੂੰ ਅੱਗੇ ਖਾ ਕੇ ਵਗ ਜਾ, ਨਹੀਂ ਤਾਂ ਉਹਦੇ ਜਵਾਕ ਦਾ ਮੂੰਹ ਬਣਤਾ, ਜੇ ਉਹਨੂੰ ਕਹੇ ਨੀ ਖਬਰ ਮੇਰਾ ਪੁੱਤ ਮੈਨੂੰ ਪਕਾ ਕੇ ਆਪ ਦੇ ਜਾਂਦਾ। ਅੱਛਾ ਤੇਰੇ ਖਾਤਰ ਹੁਣ ਮੈਂ ਉਹਦੇ ਨਾਲ ਵੀ ਲੜਨ ਲੱਗ ਜਾ, ਅਸੀਂ ਦੋਨੇ ਜੀ ਲੜਾਈ ਪਾ ਲਈਏ, ਤੂੰ ਤਾਂ ਸਾਨੂੰ ਐਂ ਲੜਾਉਣਾ ਚਾਹੁੰਦੀ ਹੈ, ਅੱਛਾ ਹੋਰ ਕੋਈ ਕਿੱਤਾ ਨੀ, ਐਂ ਕਰ ਚੱਕ ਝੋਣਾ ਮੇਰੇ ਘਰੋਂ ਨਿਕਲ ਜਾ, ਮੈਨੂੰ ਕੀ ਰੋਟੀ ਨੀ ਮਿਲਣੀ, ਮੇਰੀ ਜ਼ਮੀਨ ਦੇ ਸਿਰ ਤੇ ਰੋਟੀ ਮਿਲਣੀ, ਹੋਰ ਤੂੰ ਰੋਟੀ ਹੁਣ ਦਿੰਦੀ ਆ, ਜ਼ਮੀਨ ਦੇ ਸਿਰ ਤੇ ਪਰੌਂਠੇ ਖਾ ਕੇ ਆਈ ਉੱਥੇ, ਕੋਈ ਨਾ ਲੋਲੇ ਨੇ ਜਵਾਕ ਕਿਵੇਂ ਮਾਰ ਜੋ ਚੱਕਦੇ ਤੇ ਜਾਂਦੇ ਆ, ਤੂੰ ਆਹੇ ਮੂੰਹ ਤੇ ਰੱਖੂਗਾ ਵੀ ਮੈਂ ਲੈ ਕੇ ਆਉਣੀ, ਆਉਂਦੀ ਨਹੀਂ ਜਮਾ ਨੀ ਲੈ ਕੇ ਆਉਂਦੀ, ਜਮਾ ਨੀ ਆਉਂਦੀ, ਪੜਨ ਨਹੀਂ ਦਿੰਦੀ ਤੈਨੂੰ, ਮੁੜ ਕੇ ਡੇੜੀ ਨਹੀਂ ਚੜਨੀ ਉਹ ਕਰਨ ਦੇ ਬਲਤੀ, ਕੋਈ ਨਾ ਕੋਈ ਨਾ, ਦੇ ਕੋਈ ਨਾ, ਮੈਂ ਜਾਨੀ ਜਾਨੀ ਆ, ਕੋਈ ਨਾ ਚੱਕ ਲੈ ਝੋਲਾ, ਚਾਬੇ ਦਿੰਦੀ ਆ ਤੀਏ ਤਰਨ ਕਹਿੰਦੀ ਜਾਨੀ ਆ, ਲੈ ਲਿਆ ਛੇਤੀ ਲਿਆ ਝੋਲਾ, ਨਹੀਂ ਅੰਦਰ ਹੀ ਪਾ ਡਾ ਨੂੰ, ਕੋਈ ਨਾ ਆ ਜਾਨੀ ਆ, ਕੋਈ ਨਾ ਮੈਂ ਉਹਦੀ ਜ਼ਮੀਨ ਲੈ ਕੇ ਜਾਊਂ, ਸਭ ਕੁਝ ਲੈ ਕੇ ਜਾਊਂ, ਤੂੰ ਰੋਕ ਕੇ ਦਿਖਾਈ ਮੈਨੂੰ, ਜਾਨੀ ਆ ਤੈਨੂੰ ਕੀ ਕੁਛ ਲਏਗੀ, ਲਏਗੀ ਤੇਰੀਆਂ ਮੋਹਰਾਂ, ਮੈਂ ਜਾ ਜਾ ਖੇੜਾ ਛੱਡ, ਤੀ ਇੱਕ ਦਿਨ ਡਰਾਬੇ ਦੇਣ ਲੱਗ ਜੂ, ਕਹਿ ਦੂ ਮੇਰੇ 2 ਕਿੱਲੇ ਜ਼ਮੀਨ ਦੇ ਪਾਉਣੇ ਹੋ, ਅਸੀਂ ਤਾਂ 5 ਪਾ ਲਾਂਗੇ, ਅਸੀਂ ਤਾਂ 5 ਚ ਵੀ ਨਹੀਂ ਭੁੱਖੇ ਮਰਦੇ, ਤੇਰੇ ਪੁੱਤ ਨੂੰ ਰਜਾ ਦੇ, ਪਹਿਲਾਂ ਤੈਨੂੰ ਪੜਾ ਲਿਖਾ ਕੇ ਨੌਕਰੀਆਂ ਤੇ ਲਾਤਾ, ਹੈ ਹੁਣ ਇਹਦੇ ਕਹਿੰਦੀ ਜਵਾਕਾਂ ਦੇ ਮਾਰੇ ਗਏ ਆ, ਤਾਂ ਜਵਾਕ ਸ਼ਹਿਰ ਚ ਪੜਾਉਣੇ ਉਹਨਾਂ ਨੇ, ਨਾ ਮੇਰੇ ਤਾਂ ਜਵਾਕ ਨਹੀਂ, ਉਹਦੇ ਲੈ ਦੇ ਜਵਾਕ ਨੂੰ, ਉਹਦੇ ਜਵਾਕਾਂ ਤੂੰ ਹੁਣ ਖਾਏ ਪਰੌਂਠੇ, ਦੇਖ ਲਈ ਤੈਨੂੰ ਦੇਊਗੀ ਉਹ ਪਰੌਂਠੇ, ਤੂੰ ਦੇਖਦੀ ਜਾਈ, ਜੇ 4 ਦਿਨਾਂ ਨੂੰ ਰੋਂਦੀ ਮੇਰੇ ਕੋਲੇ ਨਾ ਆਈ ਨਾ, ਮੇਰਾ ਨਾਂ ਬਦਲ ਲਈ ਮੈਨੂੰ ਹਰਪ੍ਰੀਤ ਨਾ ਕਹੀ ਬੇਬੇ, ਆ ਕੇ ਉਹ ਪੁੱਛੂਗਾ ਤਾਂ ਸਹੀ ਵੀ ਬੇਬੇ ਕਿੱਧਰ ਗਈ, ਮੈਂ ਤਾਂ ਇਹ ਕਹਿ ਦੂੰਗੀ ਮੈਂ ਤਾਂ ਬੇਬੇ ਨੂੰ ਰੋਟੀ ਫੜਾਈ ਸੀ, ਬੇਬੇ ਤਾਂ ਰੋਟੀਆਂ ਥਾਲ ਮਾਰਿਆ ਚਲਾ ਕੇ, ਤੇ ਬੇਬੇ ਤਾਂ ਕਹਿੰਦੀ ਵੀ ਤੂੰ ਤਾਂ ਰੋਟੀ ਵਧੀਆ ਨਹੀਂ ਦਿੰਦੀ ਮੈਨੂੰ, ਮੈਂ ਤਾਂ ਇਹਦੇ ਪੁੱਤ ਕੋਲੇ ਜਾਂਦੀ ਹਾਂ ਉੱਥੇ ਸ਼ਹਿਰ 'ਚ, ਉੱਥੇ ਵਧੀਆ ਰੋਟੀਆਂ ਖਾਊਂਗੀ, ਮੈਨੂੰ ਤਾਂ ਫੋਨ ਕਰੀ ਜਾਂਦੇ ਕਹਿ ਦਿਨਾਂ ਦੇ, ਵਗ ਜਾਂਦੇ ਜੇ ਜਾਂਦੀ ਆ ਫਿਰ ਮੈਂ ਕਿਹੜਾ ਡਰਦੀ ਹਾਂ ਤੂੰ। ਅੱਜ ਮੰਜਾ ਵੀ ਖਾਲੀ ਪਿਆ, ਬੇਬੇ ਪਤਾ ਨਹੀਂ ਕਿੱਧਰ ਵਗ ਗਈ, ਬੇਬੇ ਕਿਹੜਾ ਖੜਦੀ ਹੈ, ਐਂ ਵੀ ਨਹੀਂ ਦੇਖਦੀ ਹਨਾ, ਦੁਪਹਿਰੀ ਤੁਰੀ ਫਿਰਦੀ ਹੈ ਬੇਬੇ ਤਾਂ। ਉਹ ਤੂੰ ਤਾਂ ਆਪ ਆਰਾਮ ਨਾਲ ਇੱਥੇ ਪੱਖਾ ਲਾਈ ਬੈਠੀ ਹੈ,
ਕਿੱਥੇ ਪੱਖਾ ਲਾਇਆ? ਪੱਖਾ ਤਾਂ ਮੈਂ ਲਾਉਣੀ ਭੁੱਲ ਗਈ, ਲਾਈ ਮਾੜਾ ਲੈਂਦੀ ਆ, ਪੱਖਾ ਲਾਈ ਮਾੜਾ ਆ। ਓਹੋ, ਮੈਨੂੰ ਤਾਂ ਗਰਮੀ ਆ ਗਈ, ਮੈਂ ਤਾਂ ਮੱਝਾਂ ਨੂੰ ਨੀਰਾ ਪਾ ਕੇ ਆਈ ਆ ਉਧਰ। ਆ ਮਾੜਾ ਜਿੰਦਾ ਖੋਲੇ ਰਸੋਈ ਦਾ, ਮੈਂ ਤਾਂ ਮੱਝਾਂ ਨੂੰ ਨੀਰਾ ਪਾਉਣ ਗਈ ਸੀ, ਫਿਰ ਜਿੰਦਾ ਲਾ ਕੇ ਗਈ। ਜਿੰਦਾ ਲਾ ਕੇ ਗਈ? ਹੋਰ, ਉਹ ਬੇਬੇ ਕਿੱਧਰ ਗਈ ਆ? ਬੇਬੇ ਉੱਥੇ ਹੈ ਨਹੀਂ ਅੱਜ। ਬੇਬੇ ਦਾ ਮੈਂ ਤੈਨੂੰ ਕੀ ਦੱਸਾਂ, ਬੇਬੇ ਤਾਂ ਤੁਸੀਂ ਤਾਂ ਬਾਗੇ ਖੇਤ। ਬੇਬੇ ਤਾਂ ਨਾ ਮੇਰੇ ਨਾਲ ਲੜਦੀ। ਬੇਬੇ ਤਾਂ ਕਹਿੰਦੀ ਤੂੰ ਤਾਂ ਨਾ ਤਾਂ ਮੈਨੂੰ ਰੋਟੀ ਚੱਜ ਦੀ ਦਿੰਦੀ ਆ, ਨਾ ਮੈਨੂੰ ਦੁੱਧ ਦਿੰਦੀ ਆ, ਨਾ ਮੈਨੂੰ ਆਹ ਦਿੰਦੀ ਆ। ਪਤਾ ਨੀ ਕਿਹਨੇ ਇਹੋ ਜਿਹੀ ਉਂਗਲ ਲਾਈ ਸੀ, ਭੱਖੀ ਭਖਾਈ ਉਹ ਨਾ ਚੱਕਿਆ ਝੋਲਾ। ਮੈਨੂੰ ਕਹਿੰਦੀ ਮੈਂ ਤਾਂ ਉਹਦੇ ਮੁੰਡੇ ਕੋਲੇ ਜਾਂਦੀ ਹਾਂ, ਮੈਂ ਤਾਂ ਆਖ ਸੀ ਇਹਦੇ ਪੁੱਤ ਨੂੰ ਪੁੱਛ ਕੇ ਵਗ ਜੀ। ਆਪਣੇ ਮੁੰਡੇ ਕੋਲੇ ਜਾਂਦੀ? ਹਾਂ। ਉਹ ਤੈਨੂੰ ਪਤਾ ਹੈ 2 ਕਿੱਲੇ ਬੇਬੇ ਨਾ? ਮੈਨੂੰ ਪਤਾ ਹੈ 2 ਕਿੱਲੇ ਨਾ ਤਾਂ ਜ਼ਮੀਨ ਖਜਾਏਗੀ ਤੂੰ, ਕਰਨ ਲਈ ਬਾਤ ਨੀ ਨਾ। ਮੈਂ ਕਿਹੜੀ ਜ਼ਮੀਨ ਖਜਾਊਂ? ਬੇਬੇ ਤਾਂ ਮੈਨੂੰ ਉੱਡ ਗਈ, ਧੱਕਾ ਮਾਰ ਕੇ ਸਿੱਟ ਗਈ ਬੇਬੇ ਤਾਂ ਮੈਨੂੰ। ਉਹ ਚਾਚੀ ਸੀ ਉਹਦੇ ਘਰ ਵਾਲੀ, ਉਹਨੂੰ ਪੁੱਛਣੀ ਤੇ ਮੈਂ ਰੋਟੀ ਵਾਲਾ ਥਾਲ ਨਾ ਚਲਾ ਕੇ ਮਾਰਿਆ ਆਪਣੇ। ਕਹਿੰਦੀ ਮੈਂ ਨੀ ਇਹੋ ਜਿਹੀ ਰੋਟੀ ਖਾਂਦੀ, ਕਹਿੰਦੀ ਮੈਂ ਤਾਰੇ ਪੁੱਤ ਕੋਲੇ ਸਲਾਦ ਨਾ ਦਹੀਂ ਨਾ ਵਧੀਆ ਰੋਟੀ ਖਾਊਂਗੀ। ਮੇਰੇ ਨਾਲ ਕੀ ਸਾਰੇ ਨਹੀਂ ਕਰਨੀ ਸੀ ਨਾ, ਤੂੰ ਤਾਂ ਉਹੀ ਗੱਲ ਕਰਤੀ। ਇਸੇ ਗੱਲ ਦੀ ਮੈਨੂੰ ਡਰ ਸੀਗਾ ਵੀ 2 ਕਿੱਲੇ ਤੂੰ ਖਜਾਏਗੀ, 2 ਕਿੱਲੇ ਖਜਾਏਗੀ। ਹੁਣ ਮੇਰੇ ਕੀ ਸਾਰੇ, ਮੈਂ ਥੋੜਾ ਉਹਨੂੰ ਕਿਹਾ ਵੀ ਵਗ ਜਾ, ਉਹ ਆਪੇ ਗਈ ਹੈ। ਤੇਰੀ ਮਾਂ ਨੂੰ ਫੋਨ ਕਰਕੇ ਪੁੱਛ ਲਾ ਭਾਵਾਂ ਜੇ ਮੇਰੇ ਤੇ ਨਹੀਂ ਯਕੀਨ। ਉਹ 7 ਕਿੱਲੇ ਜੇ ਤੂੰ ਹੀ ਲੜਨਾ ਮੇਰੇ ਨਾਲ ਤਾਂ ਬਗੈਰ ਗੱਲ ਤੇ ਲੜਤਾ ਮਾਂ ਪਿੱਛੇ ਲੱਗ ਕੇ, ਮੇਰਾ ਇਹਦੇ ਚ ਕੋਈ ਕਸੂਰ ਨਹੀਂ। ਮੈਂ ਨਹੀਂ ਕਿਹਾ ਬੇਬੇ ਨੂੰ ਜਾਣ ਨੂੰ, ਬੇਬੇ ਆਪੇ ਗਈ। ਉਹ ਕਸੂਰ ਤੇਰਾ ਨਹੀਂ ਹੈਗਾ, ਕਸੂਰ ਤਾਂ ਮੇਰਾ ਹੈ ਜਿਹੜਾ ਮੈਨੂੰ ਖੇਤ ਪਿਆਰਾ ਹੋਇਆ, ਆਪਦੀ ਮਾਂ ਨੇ ਪਿਆਰੀ ਹੋਈ। ਉਹ ਬੇਬੇ ਤਾਂ ਮੈਨੂੰ ਕਹੀ ਸੀ ਵਿਚਾਰੀ ਵੀ ਭਾਈ ਤੂੰ ਹੀ ਮੈਨੂੰ ਰੋਟੀ ਫੜਾ ਜਾਂਦਾ, ਉਹ ਮੈਨੂੰ ਕੀ ਪਤਾ ਸੀਗਾ ਤੂੰ ਐਂ ਕਰੇਗੀ ਮੇਰੀ ਔਰ। ਭਲਾ ਮੈਂ ਤਾਂ ਰੋਟੀ ਫੜਾਈ ਜੀ, ਇਹਦੇ ਚ ਮੇਰਾ ਕੀ ਕਸੂਰ ਹੈ? ਤੂੰ ਆਖਿਆ ਸੀ ਮੈਨੂੰ ਗਰਮ ਰੋਟੀ ਪਕਾ ਕੇ ਫੜਾ ਦੇ ਬੇਬੇ ਨੂੰ, ਬੇਬੇ ਨੂੰ ਗਰਮ ਗਰਮ ਰੋਟੀਆਂ ਤੜਕ ਲਗੀ, ਬੇਬੇ ਨੂੰ ਨਾਲ ਚਾਹ ਦਾ ਗਲਾਸ ਲਗੀ, ਬੇਬੇ ਨੇ ਤਾਂ ਫੜ ਕੇ ਥਾਲ ਮੇਰੇ ਪੈਰਾਂ ਚ ਮਾਰਿਆ ਚੱਕ ਕੇ। ਫਿਰ ਮੈਂ ਦੱਸ ਕੀ ਕਰਾਂ? ਮੇਰੀ ਗੱਲ ਸੁਣ ਲੈ। ਹਾਂ ਬੇਬੇ ਜੇ ਤਾਂ ਉਹ ਜਾਂਦੀ ਫਿਰ ਤਾਂ ਵੱਖਰੀ ਗੱਲ ਸੀ। ਬੇਬੇ ਗੁੱਸੇ ਹੋ ਕੇ ਗਈ ਹੈ, 2 ਕਿੱਲੇ ਹੁਣ ਦੇਖ ਲੈ ਭਰਾ ਦੇ ਨਾਂ ਕਰਾ ਕੇ ਆਊਗੀ। ਲੈ ਤੈਨੂੰ ਕੀ ਪਤਾ ਵੀ ਭਰਾ ਦੇ ਨਾਂ ਕਰਾ ਕੇ ਆਊਗੀ? ਜਦੋਂ ਤੈਨੂੰ ਨਹੀਂ ਆਪਦੇ ਨਾਂ ਕਰਾਈ, ਭਰਾ ਕਿਵੇਂ ਕਰਾ ਲੂਗਾ ਵਿਚਾਰਾ? ਐਵੇਂ ਮਰੀ ਜਾਂਦਾ ਗਾ, ਕੋਈ ਨੀ ਆ 4 ਦਿਨਾਂ ਨੂੰ ਆਜੂਗੀ ਆਪਣੇ ਕੋਲ ਹੀ ਮੁੜ ਕੇ। ਬਾਲੇ ਨੇ ਨਹੀਂ ਉੱਥੇ ਰਹਿਣੀ, ਸ਼ਹਿਰ ਦੀ ਜ਼ਿੰਦਗੀ ਬਹੁਤ ਔਖੀ ਹੈ, ਪਿੰਡ ਵਾਲੇ ਬੰਦੇ ਨੂੰ ਕੱਟਣੀ ਉਹੀ ਕੱਟ ਸਕਦਾ। ਸ਼ਹਿਰ ਦੀ ਜ਼ਿੰਦਗੀ ਤਾਂ ਔਖੀ ਹੈ ਕਮਲੀਏ, ਉਹ 7 ਕਿੱਲੇ ਦੀ ਖੇਤੀ ਕਰਦੇ ਸੀ, ਮੌਜਾਂ ਕਰਦੇ ਸੀਗੇ। ਉਹ 5 ਕਿੱਲਿਆਂ ਦਾ ਕੀ ਕਰਾਂਗੇ ਜਦੋਂ ਪਰ ਉਹ ਠੇਕੇ ਤੇ ਦੇਣੇ ਪੈਣੇ 2 ਕਿੱਲੇ, ਉਦੋਂ ਪਤਾ ਲੱਗੂ 1 ਲੱਖ ਰੁਪਇਆ ਠੇਕਾ ਹੋਇਆ ਵੇ 1 ਕਿੱਲੇ ਦਾ ਨਾ। ਜ਼ਮੀਨ ਬੇਬੇ ਸਿਰ ਤੇ ਧਰ ਕੇ ਲਈ, ਜ਼ਮੀਨ ਤਾਂ ਆਪਣੇ ਕੋਲ ਹੀ, ਆਪਾਂ ਬਾਹੀ ਜਾਂਦੇ ਬਾਹੀ ਆਵਾਂਗੇ। ਕਮਲੀਆਂ ਗੱਲਾਂ ਕਰਦੀਆਂ ਤੂੰ, ਉਹ ਜਦੋਂ ਭਰਾ ਦੇ ਨਵਾਂ ਨਾਂ ਨਵਾਤੀ, ਅਗਲਾ ਠੇਕੇ ਦੇ ਕੇ ਜਾਇਆ ਕਰੂ, ਠੇਕਾ ਲਓ ਪਰ ਠੇਕਾ ਭਰਾ ਦੇ ਨਾਲ ਬਾਊਗੀ ਦੇਖੀ ਜਾਊ। ਮੈਨੂੰ ਟੈਨਸ਼ਨ ਨਹੀਂ ਮੇਰਾ, ਮੈਂ ਤੈਨੂੰ ਦੱਸਾਂ ਮੈਨੂੰ ਟੈਨਸ਼ਨ ਨਾ ਦੇ ਬਾਲੀ, ਮੈਂ ਜਾ ਕੇ ਨਹੀਂ ਤਾਏ ਕੇ ਘਰੇ, ਮੈਂ ਤਾਂ ਤਾਈ ਨੂੰ ਦੱਸ ਕੇ ਨਹੀਂ ਮੇਰੀ ਬੇਬੇ ਵਗ ਗਈ। ਉਹ ਟੈਨਸ਼ਨ ਤੈਨੂੰ ਕਾਹਦੀ ਹੈ, ਟੈਨਸ਼ਨ ਤਾਂ ਮੈਨੂੰ ਹੈ, ਤੈਨੂੰ ਕੋਈ ਟੈਨਸ਼ਨ ਨਹੀਂ। ਚੱਲ ਤੇ ਮੈਂ ਬਾਲਾ ਬੋਲਦਾ ਹਾਂ, ਐਂ ਕਰ ਹੁਣ ਮੌਜਾਂ ਕਰ, ਤੂੰ ਘਰੇ ਆ ਗਿਆ ਕੱਲੀ ਰਿਹਾ ਕਰ। ਮੈਂ ਤਾਂ 2 ਮਿੰਟ ਜਾ ਕੇ ਨਹੀਂ ਮੱਝਾਂ ਨੂੰ ਨੀਰਾ ਦਿੱਤਾ ਪਾ ਤੇ ਸਾਰੇ ਕੰਮ ਨਮੇੜ ਤੇ, ਮੈਂ 2 ਮਿੰਟ ਤਾਈ ਕੋਲੇ ਜਾ ਕੇ ਨਹੀਂ, ਮੈਂ ਤਾਈ ਨੂੰ ਦੱਸ ਕੇ ਨਹੀਂ ਵੀ ਤਾਈ ਐਂ ਕਰਕੇ ਮੇਰੀ ਬੇਬੇ ਵਗ ਗਈ। ਤੇ ਦੇਖ ਜ਼ਮੀਨ ਆ ਉਹਦੇ ਨਾਲ, ਜ਼ਮੀਨ ਦਾ ਹੰਕਾਰ ਕਰਦੀ ਸੀ, ਮੈਨੂੰ ਇਹ ਗੱਲ ਗੱਲ ਤੇ ਕਹੀ ਸੀ ਮੇਰੇ ਨਾਲ 2 ਕਿੱਲੇ, ਮੇਰੇ ਨਾਲ 2 ਕਿੱਲੇ, ਤੂੰ ਤਾਂ ਵਗ ਜਾਂਦਾ ਸੀ, ਬੜਾ ਕੁਝ ਕਰਦੀ ਸੀ ਮੇਰੇ ਨਾਲ। ਚੰਗਾ ਮੈਂ ਜਾ ਕੇ ਆਉਂਦੀ ਹਾਂ। ਹਾਂ ਲੋਕਾਂ ਨੂੰ ਦੱਸਿਆ ਹੁਣ, ਘਰ ਘਰ ਠਨੋਰਾ ਪਿੱਟ ਦੇ, ਦੇਖ ਲੈ ਮੈਂ ਤਾਂ ਬੇੜੇ ਬੜਾ ਕੇ ਮਸਾਂ ਬੇਬੇ ਨੂੰ ਰੱਖਿਆ ਸੀਗਾ, ਇਹਨੇ ਤਾਂ ਮੇਰੇ ਨਾਲ ਉਹੀ ਗੱਲ ਕਰਤੀ ਜਿਹੜੀ ਨਹੀਂ ਕਰਨੀ ਸੀ। ਉਹ ਰੋਜ ਦਾ ਕਲੇਸ਼ ਸੀਗਾ, ਆਹੀ ਕਲੇਸ਼ ਦਾ ਨਤੀਜਾ ਨਿਕਲਿਆ। ਵੱਖਰੀ ਸੋਚ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ, ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੱਖਰੀ ਸੋਚ ਚੈਨਲ ਤੇ ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਅਸੀਂ ਨਾਮ ਬੋਲਣ ਜਾ ਰਹੇ ਹਾਂ। ਮਨਪ੍ਰੀਤ ਕੌਰ ਜੰਗੇੜਾ, ਸੁਕੰਤਲਾ ਦੇਵੀ, ਕੁਲਵਿੰਦਰ ਕੌਰ ਨਾਗਰਾ, ਪ੍ਰਭ
ਬਲਜੀਤ ਬਲਵੰਤ ਸਿੰਘ ਸ਼ੇਰਗਿੱਲ, ਕਰਮਜੀਤ ਕੌਰ ਸ਼ੇਰਗਿੱਲ, ਜਗਤਾਰ ਸਿੰਘ ਸ਼ੇਰਗਿੱਲ, ਸਿੱਧਵਾਂ ਬੇਟ ਲੁਧਿਆਣਾ, ਰਵਿੰਦਰ ਕੌਰ ਗੜਸਾਣਾ ਮੰਡੀ, ਬਲਜਿੰਦਰ ਸਿੰਘ ਕੌਰਬੀ, ਅਨੀਤਾ ਰਾਣੀ, ਜਸਪਾਲ ਕੌਰ, ਲਛਮਣ ਟੇਲਰ, ਸੀਪਾ ਗਿੱਲ, ਰਜਿੰਦਰ ਸਿੰਘ ਨੱਤ, ਦਰਸ਼ਨ ਸਿੰਘ ਨਵੀਂ ਮੰਡੀ ਗੜਸਾਣਾ, ਅਮਰ ਸਿੰਘ ਪਟਿਆਲਾ, ਬੌਬੀ ਰਾਜਾ ਹਾਂਗਕਾਂਗ, ਜਸਜੀਤ ਸ਼ਰਮਾ, ਸੇਖਾ ਬਰਨਾਲਾ, ਸਪਨਾ ਸੈਣੀ, ਬਲਵਿੰਦਰ ਸਿੰਘ ਚਾਨਾ, ਬੀਰਪਾਲ ਕੌਰ ਚਾਨਾ, ਰਾਮਗੜੀਆ ਰਤੀਆ ਹਰਿਆਣਾ, ਅੰਗਰੇਜ਼ ਸਿੰਘ, ਆਈਸ਼ਾ ਭੁੱਲਰ, ਉਮਾਇਸ਼ਾ ਭੁੱਲਰ, ਜੁਗਰਾਜ ਭੁੱਲਰ, ਵਿਸ਼ਵਜੀਤ ਸਿੰਘ, ਬਲਜੀਤ ਕੌਰ USA, ਹੈਪੀ ਜੋਸ਼ੀ, ਤੇਜ ਸੰਧੂ ਕੈਨੇਡਾ, ਅੰਜਨਦੀਪ ਕੌਰ, ਚਮਕੌਰ ਸਿੰਘ ਖਰੌੜ, ਪਿੰਡ ਚਲੈੜਾ, ਜ਼ਿਲ੍ਹਾ ਪਟਿਆਲਾ, ਬੀਰਪਾਲ ਕੌਰ ਬਰਨਾਲਾ, ਕਿਰਪਾਲ ਕੌਰ ਖਰੌੜ, ਮੋਹਾਲੀ, ਘੁਮਾਣ ਫੈਮਿਲੀ, ਲਾਡੀ ਸੇਖੋਂ, ਗੁਰਵਿੰਦਰ ਸਿੰਘ ਕੁਲਾਰ, ਪਿੰਡ ਮਿੱਡੂਖੇੜਾ, ਸ੍ਰੀ ਮੁਕਤਸਰ ਸਾਹਿਬ ਜੀ, ਮਹਿੰਦਰਪਾਲ ਕੌਰ, ਮਨਜੀਤ ਕੌਰ ਕਮਾਲੀ, ਡਾਕਟਰ ਰਣਜੀਤ ਸਿੰਘ ਖੰਗੂੜਾ, ਲਤਾਲਾ ਲੁਧਿਆਣਾ, ਕੈਲਗਰੀ ਕੈਨੇਡਾ, ਸਰਬਜੀਤ ਬਾਵਾ, ਗੁਰਪ੍ਰੀਤ ਸਿੰਘ, ਡਿੰਪਲ ਰਾਣੀ, ਪ੍ਰੀਤ ਸਿੰਘ, ਹਰਮਨਦੀਪ ਕੌਰ, ਗੋਲਡੀ ਚੀਮਾ, ਸਿਮਰਜੀਤ ਗਰੇਵਾਲ। ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਮੈਨੂੰ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਓ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।